रेडियो पंजाब टुडे के प्रोग्राम शमादान दे विच तुहाडा मुड़ तो स्वागत है जी। ते मेरे नाल शिविंदर जी जुड़ गए ने। शिविंदर जी सत श्री अकाल। शुक्रिया दानल साहब, मेहरबानी जी। शिविंदर जी, पंजाब दे विच अज दो अहम घटनावां ने, उहदे उत्ते भी चर्चा करना बनदा है जी। सो जिहड़ी घटना ब्यास दे विच होई है, ते ब्यास दी घटना दे नाल नाल जिहड़ियां दूजियां घटनावां ने, जिवें कि आपां गल करिए कि ईसाई धर्म दे उत्ते जिहड़ा उत्थे हमला हुंदा है, उहदे उत्ते भी एक गलबात चली है। सो इस गलबात जिहड़ी चली है धर्म परिवर्तन ते जां होर चीज़ां दे उत्ते, ते नाल दी नाल ही इहनूं मैं एक होर चीज़ जोड़ना चाहुंदा कि क्रिकेट अर्शदीप दे उत्ते जिहड़ी है खालिस्तानी कहना, उन्हों ये भी एक अलग जिहा पैंतरा नज़र आउंदा। इन्हां तिन्नां चीज़ां नूं आपां किवें लैके चलदे हां, मैनूं किते ना किते इक जिहड़ी ब्यास वाली घटना हैगी आ आपणा, उह असल विच उहदा कुछ चीज़ां तां आ गईआं सामणे। उहदे विचों जिवें तुसीं वी आपणे उहदे ते शायद सोशल मीडिया दे उत्ते सांझा कीता होइआ हैगा, ते नाल ही जिहड़ा कुछ होर लोकां ने वी जिहड़ी खबरां पाईआं वी नहिंगां ते उहदे विचकार होई है। ते ਇਹ ਖਬਰ ਦੇਖਿਆ ਜਾਵੇ ਤਾਂ ਮੂਲ ਰੂਪ ਦੇ ਵਿੱਚ ਇੰਨੀ ਵੱਡੀ ਨਹੀਂ ਸੀ ਬਣਨੀ ਚਾਹੀਦੀ ਹੈਗੀ, ਕਿਉਂਕਿ ਆਮ ਤੌਰ ਦੇ ਉੱਤੇ ਜਿਵੇਂ ਹੁੰਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਜਿਹੜਾ ਹੋਈਆਂ ਨੇ ਛੋਟੀਆਂ ਮੋਟੀਆਂ ਹੋਈਆਂ ਨੇ, ਲੇਕਿਨ ਹੁਣ ਅਸੀਂ ਇਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿੱਥੇ ਇਹੋ ਜਿਹੀਆਂ ਘਟਨਾਵਾਂ ਹੁਣ ਛੋਟੀਆਂ ਘਟਨਾਵਾਂ ਨਹੀਂ ਹੈਗੀਆਂ, ਇਹ ਵੱਡੀਆਂ ਘਟਨਾਵਾਂ ਬਣ ਜਾਂਦੀਆਂ ਹੈਗੀਆਂ। ਜਿਵੇਂ ਕਿ ਨਹਿੰਗਾਂ ਦੇ ਜਿਹੜਾ ਹੈਗਾ ਗਊਆਂ ਗਊ ਚਾਰ ਰਹੇ ਸੀਗੇ, ਉੱਥੇ ਡੇਰਾ ਵਿਆਸ ਦੇ ਸਮਰਥਕਾਂ ਦੇ ਨੇ ਜਿਹੜਾ ਹੈਗਾ ਉਹਨਾਂ ਨਹਿੰਗਾਂ ਦੇ ਉੱਤੇ ਹਮਲਾ ਕੀਤਾ। ਤੇ ਹੁਣ ਇਹ ਅਸਲ ਵਿੱਚ ਨਾ ਛੋਟੀ ਛੋਟੀ ਚੀਜ਼ਾਂ ਨੂੰ ਇੱਕ ਤਰ੍ਹਾਂ ਨਾਲ ਪੰਜਾਬ ਦੇ ਵਿੱਚੋਂ ਵਧਾਉਂਦੀਆਂ ਹੈਗੀਆਂ, ਜਿਹਨੂੰ ਕਹਿੰਦੇ ਆ ਕਿ ਇੱਕ ਤਾਂ ਪਹਿਲਾਂ ਹੀ ਮਾਹੌਲ ਥੋੜਾ ਟੈਂਸ ਹੈ ਪੰਜਾਬ ਦਾ ਮਾਹੌਲ, ਕਿਉਂਕਿ ਆਹ ਲਗਾਤਾਰ ਜਿਹੜੀ ਘਟਨਾਵਾਂ ਵਾਪਰ ਰਹੀਆਂ ਨੇ ਟੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੀਗਾ, ਮਤਲਬ ਪੰਜਾਬ ਨੂੰ ਇੱਕ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਪ੍ਰਵੇਸ਼ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। ਇੱਕ ਤਾਂ ਮੈਨੂੰ ਆਹੀ ਦੇਖਦਾ ਹੈਗਾ, ਹਾਲੇ ਇਹਦੇ ਵਿੱਚੋਂ ਬਹੁਤ ਕੁਛ ਹੋਰ ਆਉਣਾ ਹੈਗਾ, ਲੇਕਿਨ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ, ਫਿਲਹਾਲ ਮੈਂ ਇਹੀ ਕਹਿ ਸਕਦਾ। ਜਿਹੜਾ ਧਰਮ ਪਰਿਵਰਤਨ ਵਾਲਾ ਮੁੱਦਾ ਉਹ ਜ਼ਿਆਦਾ ਸੀਰੀਅਸ ਆ, ਉਹ ਮਤਲਬ ਉਹਦੀ ਇਹਦੇ ਨਾਲ ਕੋਈ ਸੁਰ ਜੁੜਦੀ ਹੋ ਕਿ ਨਹੀਂ ਉਹ ਅੱਗੇ ਜਾ ਕੇ ਪਤਾ ਲੱਗੂ, ਪਰ ਥੋੜੀ ਜਿਹੀ ਤਾਂ ਜੁੜਦੀ ਹੈ। ਉਹ ਇਸ ਲਈ ਜੁੜਦੀ ਹੈ ਕਿ ਪੰਜਾਬ ਜੀ ਦੇ ਮਾਹੌਲ ਦੀ ਗੱਲ ਕਰਦੇ ਹਾਂ, ਉਸ ਐਂਗਲ ਤੋਂ ਜੁੜਦੀ ਆ, ਪਰ ਅੱਗੇ ਜਾ ਕੇ ਇਹਦੇ ਵਿੱਚ ਕੀ ਨਿਕਲੂਗਾ ਉਹਦੀ ਸਾਨੂੰ ਵੇਟ ਕਰਨੀ ਪਊ। ਲੇਕਿਨ ਜਿਹੜਾ ਜਥੇਦਾਰ ਸਾਹਿਬ ਦਾ ਧਰਮ ਪਰਿਵਰਤਨ ਦਾ ਬਿਆਨ ਸੀ, ਪਹਿਲੀ ਗੱਲ ਤਾਂ ਹੈਗੀ ਕਿ ਅੱਜ ਜਥੇਦਾਰ ਸਾਹਿਬ ਦੇ ਕੋਲ ਕੁਛ ਬੰਦੇ ਆਏ ਸੀਗੇ ਮਿਲਣ, ਗਏ ਸੀਗੇ ਜਿਹੜੇ ਕਿ ਆਪਣੇ ਆਪ ਨੂੰ ਸਿੱਖ ਵਫਦ ਕਹਿੰਦੇ ਹੈਗੇ ਨੇ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਨੇ ਇਹ ਵੀ ਗੱਲਾਂ ਕਹਿ ਦਿੱਤੀਆਂ ਵੀ ਦੇਖੋ ਜੀ ਧਰਮ ਪਰਿਵਰਤਨ ਦੇ ਬਾਰੇ ਜੋ ਹੈ ਕਿ ਕਾਨੂੰਨ ਬਣਨਾ ਚਾਹੀਦਾ ਹੈਗਾ, ਤੇ ਇਹ ਵੀ ਕਹਿ ਦਿੱਤਾ ਇਦੋਂ ਪਹਿਲਾਂ ਇੱਕ ਬਿਆਨ ਸੀਗਾ ਵੀ ਜਿਹੜਾ ਧਰਮ ਪਰਿਵਰਤਨ ਕਰਦਾ ਹੈ ਉਹਦੇ ਉੱਤੇ ਨਾ ਉਹਨੂੰ ਰਾਖਵੇ ਕਰਨ ਜੇ ਕੋਈ ਦਲਿਤ ਕਰਦਾ, ਕਿਉਂਕਿ ਆਮ ਤੌਰ ਤੇ ਦਲਿਤਾਂ ਉੱਤੇ ਦੋਸ਼ ਲੱਗਦੇ ਨੇ ਵੀ ਦਲਿਤ ਕਰਦੇ ਨੇ ਹੈਗੇ ਨੇ, ਵੀ ਉਹਨਾਂ ਦੀ ਰਾਖਵੇ ਕਰਨ ਦੀ ਕੋਈ ਸਹੂਲਤ ਨਹੀਂ ਮਿਲਣੀ ਚਾਹੀਦੀ ਹੈਗੀ, ਇਹ ਵੀ ਉਹਨਾਂ ਨੇ ਗਿਆਨੀ ਜੀ ਨੇ ਆਖ ਦਿੱਤਾ। ਪਰ ਸਵਾਲ ਇਹ ਹੈ ਵੀ ਸਾਰਾ ਜਿਹੜਾ ਏਜੰਡਾ ਉਹ ਬੀਜੇਪੀ ਨੂੰ ਹੀ ਉਹ ਫੋਲੋ ਹੋ ਰਿਹਾ ਹੈਗਾ, ਕਿਉਂਕਿ ਬੀਜੇਪੀ ਇੱਕੋ ਹੀ ਟਾਈਮ ਦੇਖੋ ਨਾ ਜਿਹੜੇ ਸਮੇਂ ਆਪਾਂ ਇਹ ਗੱਲ ਕਰ ਰਹੇ ਹਾਂ, ਸੁਪਰੀਮ ਕੋਰਟ ਦਾ ਇੱਕ ਬਿਆਨ ਆਉਂਦਾ ਉਹਦੇ ਵਿੱਚ ਪੰਜਾਬ ਦਾ ਜ਼ਿਕਰ ਨਹੀਂ ਹੋਰ ਸੂਬਿਆਂ ਦਾ ਜ਼ਿਕਰ ਆ, ਜਿਹਦੇ ਵਿੱਚ ਈਸਾਈਆਂ ਉੱਤੇ ਹਮਲੇ ਹੋ ਰਹੇ ਨੇ ਆਰਐਸਐਸ ਤੇ ਬਜਰੰਗ ਦਲੀਆਂ ਦੇ ਵੱਲੋਂ, ਤੇ ਉਹਨਾਂ ਨੇ ਕਿਹਾ ਕਿ ਉਹਦੀ ਇੱਕ ਲਿਸਟ ਤਿਆਰ ਕੀਤੀ ਜਾਵੇ। ਦੂਜੇ ਪਾਸੇ ਇਹ ਜਿਹੜਾ ਗਰੁੱਪ ਆਇਆ, ਮੈਂ ਗਰੁੱਪ ਦੇ ਵਿੱਚ ਜਿਹੜੇ ਮੈਂਬਰ ਦੇਖੇ ਹੈਗੇ ਨੇ, ਇੱਕ ਦੋ ਮੈਂਬਰ ਨੇ ਚੰਗੀ ਤਰ੍ਹਾਂ ਮੈਂ ਉਹਨਾਂ ਨੂੰ ਸ਼ਨਾਖਤ ਕਰਦਾ, ਇਹ ਉਹੀ ਮੈਂਬਰ ਨੇ ਜਿਹਨਾਂ ਦਾ ਲਿੰਕ ਕੌਕਸੀ ਸੰਸਥਾ ਦੇ ਨਾਲ ਜੁੜਦਾ, ਸਿੱਖਾਂ ਦੀ ਕੌਕਸੀ ਸੰਸਥਾ ਦੇ ਨਾਲ, ਜਿਹਦੇ ਬਾਰੇ ਪੀਟਰ ਫਰੈਡਰਿਕ ਮਤਲਬ ਕਿਤਾਬ ਲਿਖ ਚੁੱਕਾ, ਇਹਨਾਂ ਦੇ ਇਹਨਾਂ ਨੂੰ ਐਕਸਪੋਜ਼ ਕਰ ਚੁੱਕਾ ਹੈਗਾ। ਇਹੀ ਉਹ ਬੰਦੇ ਨੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਮੁਸਲਮਾਨ ਬਨਾਮ ਸਿੱਖ ਤੇ ਈਸਾਈ ਬਨਾਮ ਸਿੱਖ ਕਰ ਰਹੇ ਨੇ, ਮਤਲਬ ਛੋਟੀ ਘੱਟ ਗਿਣਤੀ ਨੂੰ ਘੱਟ ਗਿਣਤੀ ਨਾਲ ਲੜਾਉਣ ਦਾ ਕੰਮ ਕਰ ਰਹੇ ਨੇ, ਇਹਨਾਂ ਦੀਆਂ ਪੋਸਟਾਂ ਦੇ ਵਿੱਚੋਂ ਸਾਫ਼ ਝਲਕਦਾ। ਇਹੀ ਬੰਦੇ ਅੱਜ ਜਥੇਦਾਰ ਸਾਹਿਬ ਦੇ ਕੋਲ ਗਏ ਨੇ, ਦੋ ਤਿੰਨ ਬੰਦੇ ਤਾਂ ਸਿੱਧੇ ਤੌਰ ਤੇ ਦਿਖ ਰਹੇ ਹੈਗੇ ਨੇ, ਉਹ ਮਤਲਬ ਆਪਣੀਆਂ ਜਿਹੜੀਆਂ ਉਹਨਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਇਹ ਬੰਦੇ ਐਕਟਿਵ ਸੀਗੇ, ਇਹ ਬੰਦੇ ਜਿਹੜੇ ਹੈਗੇ ਆ ਕਿਸਾਨ ਅੰਦੋਲਨ ਵੇਲੇ ਵੀ ਇਹਨਾਂ ਨੇ ਰੱਜ ਕੇ ਗੰਦ ਪਾਇਆ, ਇਹ ਉਹੀ ਬੰਦੇ ਗਏ ਸੀਗੇ। ਤੇ ਦੂਜੇ ਪਾਸੇ ਜਿਹੜਾ ਕਿ ਕ੍ਰਿਸਚੀਅਨਿਟੀ ਦਾ ਮਾਮਲਾ ਨਾ ਉਹ ਬਹੁਤ ਗੰਭੀਰ ਹੈ, ਦੇਖੋ ਮੈਂ ਤੁਹਾਨੂੰ ਇਹਦੀਆਂ ਕੁਛ ਉਦਾਹਰਨਾਂ ਦਿੰਦਾ, ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀਗੀ, ਜਦੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਹੈਗਾ, ਉਸ ਸਮੇਂ ਵੀ ਜਿਹੜਾ ਕੋਈ ਦੇਖੋ ਰਾਜ ਤੋਂ ਪਹਿਲਾਂ ਵੀ ਤੇ ਬਾਅਦ ਵੀ ਇੰਨੀ ਕੋਈ ਕ੍ਰਿਸਚੀਅਨਿਟੀ ਦਾ ਪ੍ਰਭਾਵ ਨਹੀਂ ਸੀਗਾ,
ਹੋਇਆ ਕਿ ਅਕਬਰ ਦੇ ਸਮੇਂ ਮੰਨਿਆ ਜਾਂਦਾ ਵੀ ਇੱਕ ਕ੍ਰਿਸਚੈਨਿਟੀ ਨੇ ਥੋੜਾ ਜਿਹਾ ਪ੍ਰਭਾਵ ਪਾਇਆ, ਪਰ ਉਦੋਂ ਵੀ ਇੰਨਾ ਨਹੀਂ ਸੀਗਾ। ਇੱਕ ਚਰਚ ਜੀ ਬਣੀ ਸੀਗੀ ਇਹਦੇ ਵਿੱਚ, ਚਰਚ ਬਣੀ ਸੀ ਲਾਹੌਰ ਦੇ ਵਿੱਚ। ਬਾਅਦ ਵਿੱਚ ਔਰੰਗਜ਼ੇਬ ਦੇ ਸਮੇਂ ਜਾ ਕੇ ਜਿਹੜਾ ਹੈਗਾ ਉਹਨੂੰ ਢਾ ਦਿੱਤਾ ਜਾਂਦਾ ਹੈਗਾ। ਫਿਰ ਉਹ ਤੋਂ ਬਾਅਦ ਵਿੱਚ ਰਣਜੀਤ ਸਿੰਘ ਦੇ ਲਾਗੇ ਤੱਕ, ਰਣਜੀਤ ਸਿੰਘ ਦੇ ਸਮੇਂ ਕੋਈ ਧਰਮ ਪਰਿਵਰਤਨ ਦਾ ਮੁੱਦਾ ਨਹੀਂ ਆਉਂਦਾ। ਹਾਂ, ਰਣਜੀਤ ਸਿੰਘ ਦੀ ਫੌਜ ਦੇ ਵਿੱਚ ਕਈ ਸਾਰੇ ਕ੍ਰਿਸਚਨ ਰਹੇ ਨੇ ਹੈਗੇ ਨੇ ਜਿਹੜੇ ਕਿ ਯੂਰਪ ਵਗੈਰਾ ਤੋਂ ਸੀਗੇ, ਉਹਨਾਂ ਨੇ ਨੌਕਰੀ ਕੀਤੀ ਹੈ ਮਤਲਬ ਉਹਦੀ ਫੌਜ ਦੇ ਵਿੱਚ। ਤੇ ਇਸੇ ਢੰਗ ਨਾਲ ਜਦੋਂ ਅੰਗਰੇਜ਼ ਭਾਰਤ ਨੂੰ ਛੱਡ ਕੇ ਗਏ, ਉਦੋਂ ਆਪਣੇ ਆਹੀ ਪੰਜਾਬ ਦੇ ਵਿੱਚ 60 ਦੇ ਕਰੀਬ ਸੀਗੀਆਂ ਚਰਚਾਂ, ਚਰਚਾਂ ਦੀ ਗਿਣਤੀ 60 ਸੀਗੀ। ਤੇ ਕ੍ਰਿਸਚਨ ਦੀ ਗਿਣਤੀ ਵੀ ਦੱਸੀ ਜਾ ਰਹੀ ਹੈ ਕਿ 60,000 ਦੇ, 50,000 ਤੋਂ 60,000 ਦੇ ਵਿਚਕਾਰ ਕ੍ਰਿਸਚਨਾਂ ਦੀ ਗਿਣਤੀ ਸੀਗੀ। ਇਹ ਜਾ ਕੇ 2011 ਦੇ ਵਿੱਚ ਜਿਹੜੀ ਜਨਗਣਨਾ ਹੋਈ ਆ ਉਹਦੇ ਵਿੱਚ 3,00,000 ਦੇ ਕਰੀਬ ਗਿਣਤੀ ਹੁੰਦੀ ਹੈ, 3 ਤੋਂ 3.5 ਲੱਖ ਦੇ ਵਿਚਕਾਰ ਜਿਹੜੀ 2011 ਦੀ ਜਨਗਣਨਾ ਦੱਸ ਰਹੀ ਆ। ਉਸ ਤੋਂ ਬਾਅਦ ਵਾਲੀ ਕੋਈ ਜਨਗਣਨਾ ਹੋਈ ਨਹੀਂ, ਨਾ ਹੀ ਕਿਸੇ ਦੇ ਅੰਕੜੇ ਹੈਗੇ ਨੇ। ਇਹਦੇ ਵਿੱਚ ਜਿਹੜੇ ਕ੍ਰਿਸਚਨ ਦਾਅਵੇ ਕਰੀ ਜਾ ਰਹੇ ਨੇ ਵੀ ਸਾਡੀ ਜਨਸੰਖਿਆ 3 ਗੁਣਾ ਵੱਧ ਗਈ, ਨਾ ਤਾਂ ਇਹਦੇ ਵਿੱਚ ਕੋਈ ਸੱਚਾਈ ਆ, ਨਾ ਹੀ ਜਿਹੜੇ ਜਥੇਦਾਰ ਸਾਹਿਬ ਕਹਿ ਰਹੇ ਨੇ ਵੀ ਬਹੁਤ ਧੜੱਲੇ ਨਾਲ ਪਰਿਵਰਤਨ ਹੋ ਰਿਹਾ ਜੀ ਫਲਾਨਾ, ਇਹਦੇ ਵਿੱਚ ਕੋਈ ਸੱਚਾਈ ਹੈ? ਕਿਉਂਕਿ ਸਿੱਧੀ ਜੀ ਗੱਲ ਆ, ਜੇ ਕਿੰਨਾ ਪਰਿਵਰਤਨ ਹੋਇਆ ਇਹਦਾ ਕੋਈ ਅੰਕੜਾ ਲਿਆ ਕੇ ਦਿਖਾਓ। ਅੰਕੜਾ ਤਾਂ 2011 ਤੋਂ ਬਾਅਦ ਸਾਡੇ ਕੋਲ ਹੈ ਹੀ ਨਹੀਂ ਦਾਨੇ ਵਾਲੀਆ ਸਾਹਿਬ। ਤੇ ਜਿਹੜਾ ਅੰਕੜਾ ਹੈਗਾ 2011 ਦੇ ਵਿੱਚ ਉਹ 3-3.5 ਲੱਖ ਦਾ ਹੈਗਾ ਵੀ 3.5 ਲੱਖ ਜਿਹੜੇ ਹੈਗੇ ਨੇ ਉਹ ਕ੍ਰਿਸਚਨ ਹੋਏ ਨੇ। ਹੁਣ ਇਹਦੇ ਵਿੱਚ ਵੀ ਦੇਖਣ ਦੀ ਗੱਲ ਆ, ਹੁਣ ਜਿਹੜੇ ਕ੍ਰਿਸਚਨ ਹੋਏ ਵੀ ਨੇ ਨਾ, ਉਹਨਾਂ ਦਾ ਰੂਪ ਕਿੱਦਾਂ ਵਾ? ਉਹ ਰੂਪ ਹੈਗਾ, ਉਹ ਰੂਪ ਕੋਈ ਆਏ ਨੀ ਵੀ ਕ੍ਰਿਸਚਨ ਧਰਮ ਆ ਕੇ ਦਾ ਉਹ ਰਾਹੀਂ ਉਹ ਆਉਂਦੇ ਨੇ, ਉਹ ਡੇਰਿਆਂ ਦੇ ਰੂਪ ਚ ਆਉਂਦੇ ਨੇ ਪੰਜਾਬ ਦੇ ਵਿੱਚ। ਜਿਵੇਂ ਆਪਣੇ ਆ ਹੋਰ ਡੇਰੇ ਹੈਗੇ ਨੇ, ਸਰਸੇ ਵਾਲੇ ਦਾ ਡੇਰਾ ਵਾ, ਇਹਦਾ ਤੁਹਾਡਾ ਦਿਆਸ ਵਾਲੇ ਦਾ ਡੇਰਾ ਜਾਂ ਕੋਈ ਹੋਰ ਡੇਰੇ ਹੈਗੇ ਨੇ, ਉਹ ਡੇਰਿਆਂ ਦੇ ਰੂਪ ਚ ਆਉਂਦੇ ਨੇ। ਡੇਰਿਆਂ ਦੇ ਰੂਪ ਵਿੱਚ ਆ ਕੇ ਉਹ ਪ੍ਰਚਾਰ ਵੀ ਪੰਜਾਬੀ ਚ ਕਰਦੇ ਨੇ। ਤੇ ਇਹ ਵੀ ਬੜੀ ਕਮਾਲ ਦੀ ਗੱਲ, ਮੈਂ ਪਿਛਲੇ ਪ੍ਰੋਗਰਾਮ ਦੱਸਿਆ ਵੀ ਸੀਗਾ। ਤੇ ਇਹਨਾਂ ਨੂੰ ਸੰਚਾਲਨ ਕਰਨ ਵਾਲਿਆਂ ਦੀ ਕਈ ਗਿਣਤੀ ਹੈ ਜਿਹੜੀ ਉਹ ਜੱਟ ਹੀ ਹੈ, ਜੱਟ ਸਿੱਖ ਹੀ ਨੇ ਹੈਗੇ ਨੇ, ਮਤਲਬ ਜਿਹੜੇ ਵੀ ਜੱਟ ਸੀ। ਜੇ ਆਪਾਂ ਇੱਧਰ ਆ ਕੇ ਜਲੰਧਰ ਦੇ ਇਲਾਕੇ ਵਿੱਚ ਦੇਖੀਏ, ਉਹ ਤਾਂ ਮੈਂ ਐਤਕੀ ਸਟੋਰੀ ਕਰਨ ਗਿਆ ਸੀਗਾ ਜਲੰਧਰ ਵਿੱਚ, ਉਹ ਤਾਂ ਵੱਡੇ ਕਹਿੰਦੇ ਕਹਾਉਂਦੇ ਕਹਿੰਦੇ ਜਿਹੜੇ ਹੈਗੇ ਆਪਣੇ ਆਪ ਨੂੰ ਜ਼ਿਮੀਦਾਰ ਪਰਿਵਾਰ ਨਾਲ ਸੰਬੰਧਿਤ ਬੰਦੇ ਸੀ, ਉਹੀ ਡੇਰੇ ਦਾ ਸੰਚਾਲਨ ਕਰਨ ਲੱਗੇ ਹੈਗੇ ਨੇ। ਅੱਛਾ, ਉਹਦੇ ਵਿੱਚ ਜਿਹੜੇ ਉਹਨਾਂ ਨੂੰ ਛੋਟੇ ਲੈਵਲ ਤੇ ਧਰਮ ਪਰਿਵਰਤਨ ਕਰਾਉਂਦੇ ਨੇ, ਜਿਵੇਂ ਇੱਕ ਵੱਡਾ ਹੋ ਗਿਆ ਨਾ ਇਹਨਾਂ ਦਾ ਪਾਸਟਰ ਹੋ ਗਿਆ, ਫਿਰ ਇੱਕ ਛੋਟੇ ਲੈਵਲ ਤੇ ਹੁੰਦੇ ਨੇ, ਤਾਂ ਉਹ ਖੁਦ ਗਰੀਬ ਪਰਿਵਾਰਾਂ ਚੋਂ ਨੇ, ਜਿਵੇਂ ਮੈਂ ਪਿਛਲੀ ਵਾਰ ਇੱਕ ਔਰਤ ਦੀ ਉਦਾਹਰਨ ਦਿੱਤੀ ਸੀਗੀ ਤੁਹਾਨੂੰ। ਸੋ ਕੁੱਲ ਮਿਲਾ ਕੇ ਇੱਕ ਤਾਂ ਇਹ ਚੀਜ਼ ਹੈਗੀ ਹੈ ਕਿ ਜਿਹੜਾ ਇਹਨਾਂ ਦਾ ਅੰਕੜਾ ਸਹੀ ਕਿੰਨਾ ਉਹ ਨਹੀਂ ਪਤਾ, ਉਹ ਸਭ ਤੁੱਕੇ ਮਾਰੀ ਜਾ ਰਹੇ ਨੇ। ਜਿਹੜੇ ਕਹਿੰਦੇ ਨੇ ਸਾਡੀ ਗਿਣਤੀ ਵੱਧ ਗਈ ਉਹ ਵੀ ਤੁੱਕੇ ਮਾਰ ਰਹੇ ਨੇ, ਜਿਹੜੇ ਕਹਿੰਦੇ ਨੇ ਵੀ ਸਾਡੇ ਧਰਮ ਚੋਂ ਇੰਨਿਆਂ ਨੇ ਪਰਿਵਰਤਨ ਕਰ ਲਿਆ ਉਹਨਾਂ ਦੀ ਵੀ ਹੋ ਗਈ, ਇੱਕ ਤਾਂ ਇਹ ਚੀਜ਼ ਆ। ਦੂਜੀ ਚੀਜ਼ ਇਹ ਹੈਗੀ ਆ ਵੀ ਸਿੱਖ ਧਰਮ ਦੇ ਵਿੱਚ ਜਿਹੜਾ ਸਿੱਖ ਧਰਮ ਦਾ ਆਪਣਾ ਫਲਸਫਾ, ਨਾ ਤਾਂ ਸਿੱਖ ਧਰਮ ਜਿਹੜਾ ਹੈਗਾ ਜ਼ਬਰਦਸਤੀ ਕਿਸੇ ਨੂੰ ਧਰਮ ਪਰਿਵਰਤਨ ਕਰਾਉਂਦਾ, ਤੇ ਨਾ ਹੀ ਸਿੱਖ ਧਰਮ ਜਿਹੜਾ ਹੈਗਾ ਕਿਸੇ ਜਾਂਦੇ ਹੋਏ ਨੂੰ ਰੋਕਦਾ ਹੈਗਾ। ਇਹ ਮਤਲਬ ਸੱਚ ਹੈ ਸਿੱਖ ਧਰਮ ਦਾ ਫਲਸਫਾ ਜਿਹੜਾ। ਤੇ ਦੂਜੇ ਪਾਸੇ ਨਾ ਹੀ ਸਿੱਖ ਧਰਮ ਕਹਿੰਦਾ ਵੀ ਤੁਸੀਂ ਆਪਣਾ ਧਰਮ ਛੱਡੋ, ਮਤਲਬ ਪੈਸੇ ਪਿੱਛੇ ਛੱਡੋ ਜਾਂ ਫਿਰ ਤੁਸੀਂ ਕਿਸੇ ਲਾਲਚ ਪਿੱਛੇ ਛੱਡੋ, ਤੇ ਜਿਹੜਾ ਜਾਂਦਾ ਉਹਨੂੰ ਕਹਿੰਦਾ ਰੋਕਿਆ ਨੀ ਹੈਗਾ। ਮਤਲਬ ਇਹ ਕਿਉਂ ਸਿੱਖੀ ਸਿਧਾਂਤ ਹੈ, ਮਤਲਬ ਇਸ ਲਈ ਜਦੋਂ ਜਥੇਦਾਰ ਦਾ ਬਿਆਨ ਆਇਆ ਤਾਂ ਸਿੱਖੀ ਇਸੇ ਇਹਦੀ ਆਲੋਚਨਾ ਵੀ ਹੋਈ ਸੀਗੀ ਵੀ ਜਥੇਦਾਰ ਕਿਵੇਂ ਕਹਿ ਸਕਦਾ ਵੀ ਧਰਮ ਪਰਿਵਰਤਨ ਉੱਤੇ ਰੋਕ ਲਾਈ ਜਾਵੇ। ਦੂਜੀ ਚੀਜ਼ ਇਹ ਹੈਗੀ ਹੈ ਕਿ ਜਿਹੜਾ ਅੱਜ ਦੇ ਸਮੇਂ ਧਰਮ ਪਰਿਵਰਤਨ ਤੇ ਰੋਕ ਲਾਉਣੀ ਉਹ ਕਿਹਦੇ ਪੱਖ ਚ ਭੁਗਤਦਾ? ਇੱਕ ਬੀਜੇਪੀ ਨੇ ਨੈਰੇਟਿਵ ਚਲਾਇਆ ਹੋਇਆ, ਬੀਜੇਪੀ ਉਹਨੇ ਖੁਦ ਲੜ ਨਹੀਂ ਸਕਦੀ ਹੈਗੀ ਕਿ ਆਪਾਂ ਉਹਨੂੰ ਪਤਾ ਵੀ ਖੁਦ ਮੈਂ ਜਿਹੜਾ ਹੈਗਾ ਮੁਸਲਮਾਨਾਂ ਜਾਂ ਕ੍ਰਿਸਚਨਾਂ ਦੇ ਵਿਰੁੱਧ ਆਪਣੀ ਜ਼ਹਿਰ ਪੰਜਾਬ ਚ ਸਿੱਧੇ ਤੌਰ ਤੇ ਨਹੀਂ ਉਗਲ ਸਕਦੀ। ਉਹਦੇ ਲਈ ਉਹਨੇ ਇੱਕ ਡਰਾਮਾ ਕੀਤਾ ਕਿ ਵੀ ਕਿਉਂ ਨਾ ਇਹ ਗੱਲ ਸਿੱਖਾਂ ਸਿਰ ਤੇ ਪਾ ਦਿੱਤੀ ਜਾਵੇ ਵੀ ਸਿੱਖਾਂ ਨੂੰ ਕਿਹਾ ਜਾਵੇ ਵੀ ਤੁਹਾਡੇ ਧਰਮ ਨੂੰ ਖਤਰਾ ਹੋ ਗਿਆ ਵਗੈਰਾ ਵਗੈਰਾ ਹੋ ਗਿਆ। ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਜਦੋਂ ਇਹ ਰੌਲਾ ਰੂੜਾ ਪੈਂਦਾ ਤੇ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ, ਪਹਿਲੀ ਗੱਲ ਤਾਂ ਜਥੇਦਾਰ ਸਾਹਿਬ ਦਾ ਵੀ ਕਰਦਾਰ ਸਵਾਲਾਂ ਦੇ ਘੇਰੇ ਚੋਂ, ਕਿਵੇਂ? ਕਿਉਂਕਿ ਜਥੇਦਾਰ ਸਾਹਿਬ ਇਸ ਸਮੇਂ 3 ਤਰ੍ਹਾਂ ਦੀਆਂ ਤਾਕਤਾਂ ਦੇ ਹੱਥਾਂ 'ਚ ਖੇਡਦੇ ਨੇ। ਇੱਕ ਤਾਂ ਉਹਨਾਂ ਨੂੰ ਜਿਹੜੀ ਸੈਂਟਰ ਸਿਕਿਉਰਿਟੀ ਮਿਲੀ ਹੋਈ ਆ, ਉਹ ਸੈਂਟਰ ਦੀ ਫੋਰਸ ਦੀ ਮਿਲੀ ਹੋਈ ਆ, ਤੁਹਾਨੂੰ ਪਤਾ ਸਿਕਿਉਰਿਟੀ ਕੇਂਦਰ ਦੀ ਮਿਲੀ ਹੋਈ ਆ, ਉਹ ਸਮੇਂ ਸਮੇਂ ਤੇ ਉਹਨਾਂ ਦਾ ਬਿਆਨ ਕਈ ਵਾਰ ਆ ਜਾਂਦੇ ਨੇ ਜਿਹੜੇ ਕਿ ਸੈਂਟਰ ਦੇ ਪੱਖ 'ਚ ਜਾਂਦੇ ਹੈਗੇ ਨੇ। ਦੂਜੇ ਤੌਰ ਤੇ ਫਿਰ ਉਹ ਕਈ ਵਾਰ ਕੋਸ਼ਿਸ਼ ਕਰਦੇ ਨੇ ਰੈਡੀਕਲ ਸਿੱਖ ਬਣਨ ਦੀ, ਉਹ ਵੀ ਬਿਆਨ ਆਉਂਦੇ ਹੈਗੇ ਨੇ ਉਹਨਾਂ ਦੇ। ਤੀਜੀ ਵਾਰ ਉਹ ਕਈ ਵਾਰ ਅਕਾਲੀ ਦਲ ਦੇ ਵੱਲ ਵੀ ਰੱਖਣਾ ਚਾਹੁੰਦੇ ਨੇ। ਇਸ ਸਮੇਂ ਜਥੇਦਾਰ ਸਾਹਿਬ ਦੇ ਆਪਣੇ ਹੀ ਬਿਆਨ 3-4 ਤਰ੍ਹਾਂ ਦੇ ਸਾਡੇ ਕੋਲ ਆ ਜਾਂਦੇ ਨੇ, ਉਹਦੇ ਵਿੱਚੋਂ ਜਿਹੜੇ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਉਹ ਕਿਤੇ ਨਾ ਕਿਤੇ RSS ਤੇ BJP ਦਾ ਕੰਮ ਸੌਖਾ ਕਰ ਦਿੰਦੇ ਨੇ। ਦੂਸਰਾ ਜਿਹੜਾ ਹੈਗਾ ਵੀ ਜਦੋਂ ਇਹ ਬਿਆਨ ਜਥੇਦਾਰ ਸਾਹਿਬ ਦਾ ਆਉਂਦਾ, ਦਿੱਲੀ ਦੀ ਜਿਹੜੀ ਕਮੇਟੀ ਹੈ ਮਨਜਿੰਦਰ ਸਿੰਘ ਸਿਰਸੇ ਵਾਲੀ, ਉਹ ਪੰਜਾਬ 'ਚ ਭੱਜ ਕੇ ਆਉਂਦੀ ਹੈ। ਹੁਣ ਮਨਜਿੰਦਰ ਸਿੰਘ ਸਿਰਸੇ ਨੇ ਤਾਂ ਅਰਸ਼ਦੀਪ ਵਾਲੇ ਮੁੱਦੇ ਤੇ ਵੀ ਨਹੀਂ ਮੰਨਿਆ ਵੀ ਅਰਸ਼ਦੀਪ ਨੂੰ ਜਿਹੜਾ ਟ੍ਰੋਲ ਹਿੰਦੂ ਤਵੀਆਂ ਨੇ ਕੀਤਾ, ਉਹ ਤਾਂ ਕਹਿੰਦਾ ਜੀ ਪਾਕਿਸਤਾਨ ਦਾ ਟ੍ਰੋਲ ਹੋਇਆ। ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜਾ ਸਿਰਸਾ ਜਿਹੜਾ ਖੁਦ BJP ਦਾ ਬੰਦਾ ਹੈਗਾ, ਸਿੱਧੀ ਜੀ ਗੱਲ ਹੈਗੀ ਆ, ਉਹ ਬੰਦਾ ਉਰੇ ਆ ਕੇ ਕਹਿੰਦਾ ਜੀ ਅਸੀਂ ਧਰਮ ਪ੍ਰਚਾਰ ਕਰਨ ਆਉਣੀ, ਕਿਉਂ ਬਈ? ਪੰਜਾਬ ਦੀ ਸ਼੍ਰੋਮਣੀ ਕਮੇਟੀ ਕਿੱਥੇ ਚਲੀ ਗਈ ਹੈ? ਜਥੇਦਾਰ ਸਾਹਿਬ ਦਾ ਆਪਣਾ ਤੌਰ ਦੇ ਉੱਤੇ ਕੋਈ ਇਨੀਸ਼ੀਏਟਿਵ ਲੈ ਸਕਦੇ ਨੇ?
ਧਰਮ ਪ੍ਰਚਾਰ ਕਰਨ ਨੂੰ ਘੱਟ ਆਉਂਦੇ ਨੇ ਇੱਥੇ ਆ ਕੇ ਉਹ ਆਪਣੇ ਤੌਰ ਦੇ ਉੱਤੇ ਉਹਦਾ ਨਤੀਜਾ ਕੀ ਨਿਕਲਦਾ ਜਦੋਂ ਕਹਿੰਦੇ ਧਰਮ ਪ੍ਰਚਾਰ ਕਰਨਾ ਤੇ ਇੰਗਾਂ ਨੇ ਜਾ ਕੇ ਇੱਕ ਜਿਹੜਾ ਇਸਾਈਆਂ ਦਾ ਸਮਾਗਮ ਉਹਦੇ ਵਿੱਚ ਖਲਲ ਪਾਇਆ ਕਿਉਂਕਿ ਇਹ ਉਹੀ ਇਹ ਉਸੇ ਤਰ੍ਹਾਂ ਦੀ ਨਹਿੰਗ ਨੇ ਜਿਹਨਾਂ ਨੇ ਸਿੰਘੂ ਬਾਰਡਰ ਤੇ ਬੰਦਾ ਵੜਤਾ ਸੀ ਇਹ ਉਸੇ ਤਰ੍ਹਾਂ ਦੀਆਂ ਫੋਰਸਾਂ ਹੈਗੀਆਂ ਨੇ ਜਿਹੜੀਆਂ ਨੇ ਸਮੇਂ ਸਮੇਂ ਤੇ ਖਲਲ ਪਾਇਆ ਹੈਗਾ ਤੇ ਉਹੀ ਫੋਰਸ ਜਾ ਕੇ ਇੱਥੇ ਆਪਣੀ ਗੁੰਡਾਗਰਦੀ ਕਰਦੀ ਆ ਫਿਰ ਉਹ ਤੋਂ ਬਾਅਦ ਫਿਰ ਚਰਚਾ ਵਾਲੀਆਂ ਘਟਨਾਵਾਂ ਹੋ ਜਾਂਦੀਆਂ ਹੈਗੀਆਂ ਨੇ ਇਹ ਸਾਨੂੰ ਨੀ ਪਤਾ ਕਿਹਨੇ ਕੀਤੀ ਹੈ ਪਰ ਇਹ ਹੋ ਜਾਂਦੀਆਂ ਪਰ ਦਿੱਲੀ ਕਮੇਟੀ ਵਾਲਾ ਜਿਹੜਾ ਸਿਰਸਾ ਹੈਗਾ ਜਿਹਦੇ ਨਾਲ ਅੱਜ ਕੱਲ੍ਹ ਜੁੜੀ ਹੋਈ ਹੈ ਪਾਵਰਫੁਲ ਹੋਇਆ ਹੋਇਆ ਉਹ ਸਿਰਸਾ ਜਾ ਕੇ ਜਿਹੜਾ ਪੂਰੇ ਪੰਜਾਬ ਚ ਉਸੇ ਤਰ੍ਹਾਂ ਹੀ ਅੱਗ ਲਾਉਣ ਦਾ ਕੰਮ ਕਰਦਾ ਜਿਵੇਂ ਕਸ਼ਮੀਰ ਦੇ ਵਿੱਚ ਉਹਨੇ ਅੱਗ ਲਾਉਣ ਦਾ ਕੰਮ ਕੀਤਾ ਸੀ ਕਸ਼ਮੀਰ ਕੁੜੀ ਦੇ ਮਾਮਲੇ ਵਿੱਚ ਜਦਕਿ ਉਹਦੀ ਉਹਦੀ ਸਿੱਖਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਕਿਉਂਕਿ ਉਹ ਸਿਰਫ ਉਦੋਂ ਹੀ ਜਿਹਦਾ ਅੱਗ ਬਗੂਲਾ ਹੁੰਦਾ ਜਦੋਂ ਉਹਨੇ ਪਾਕਿਸਤਾਨ ਤੇ ਅਟੈਕ ਕਰਨਾ ਹੁੰਦਾ ਬੀਜੇਪੀ ਨੇ ਵੀ ਪਾਕਿਸਤਾਨ ਤੇ ਅਟੈਕ ਕਰਨਾ ਹੁੰਦਾ ਜਿਵੇਂ ਉਹ ਮੁੰਡੇ ਅਸ਼ਤੀਤ ਤੇ ਹੋਇਆ ਉਹਨੇ ਸਾਰੀ ਕਹਾਣੀ ਪਾਕਿਸਤਾਨ ਵਾਲੇ ਖਾਤੇ ਵਿੱਚ ਪਾ ਦਿੱਤੀ ਜਿਹੜੀ ਕਿ ਨਹਾਇਤ ਗਲਤ ਹੈ ਨੰਗੀ ਚਿੱਟੀ ਤੌਰ ਤੇ ਗਲਤ ਅੱਛਾ ਦੂਸਰੀ ਗੱਲ ਕੀ ਹੈ ਕਿ ਇਹ ਤਾਂ ਹੋ ਗਿਆ ਬੀਜੇਪੀ ਦਾ ਏਜੰਡਾ ਦੂਜੇ ਪਾਸੇ ਮੈਨੂੰ ਇਹ ਵੀ ਸ਼ੱਕ ਹੈ ਕਿ ਜਿਹੜੇ ਡੇਰਿਆਂ ਦੇ ਰੂਪ ਦੇ ਵਿੱਚ ਚਰਚਾਂ ਉਸਰ ਰਹੀਆਂ ਹੈਗੀਆਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਨਾ ਸਟੇਟ ਏਜੰਸੀਜ਼ ਇਨਵੋਲਵ ਲੱਗਦੀਆਂ ਹੈਗੀਆਂ ਉਹ ਕਿਵੇਂ ਆ ਕਿਉਂਕਿ ਜਿਹੜੇ ਇਹਨਾਂ ਦੇ ਕ੍ਰਿਸਚਨ ਵੀ ਦੋ ਤਿੰਨ ਹਿੱਸਿਆਂ ਵਿੱਚ ਵੰਡੇ ਹੋਏ ਹੈਗੇ ਨੇ ਸਾਨੂੰ ਇੱਕ ਓਲਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ ਵਾਲੇ ਤਾਂ ਆਪਾਂ ਉਹ ਜਾਣਦੇ ਹੈਗੇ ਆ ਵੀ ਇਹ ਦੋ ਇਹਨਾਂ ਦੇ ਗ੍ਰੰਥ ਹੈਗੇ ਨੇ ਤੇ ਇਹਨਾਂ ਵਿੱਚ ਦੋ ਜਿਹੜੇ ਹੈਗੇ ਆ ਇਹਨਾਂ ਦੇ ਉਹ ਸ਼ਾਖਾਵਾਂ ਵੀ ਹੋ ਜਾਂਦੀਆਂ ਨੇ ਉਹਦੇ ਵਿੱਚੋਂ ਇੱਕ ਬਿਆਨ ਆਇਆ ਸੀ ਵੀ ਜਿਹੜੇ ਆ ਬੰਦੇ ਹੈਗੇ ਨੇ ਆਪਣਾ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦੇ ਆ ਉਹਦੇ ਵਿੱਚੋਂ ਉਹ ਇੱਕ ਪਾਸਟਰ ਦਾ ਆਇਆ ਸੀਗਾ ਵੀ ਉਹ ਉਸ ਵਿੱਚ ਸਾਡੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਐਕਚੁਅਲੀ ਮੇਰੇ ਖਿਆਲ ਇੱਕ ਕ੍ਰਿਸਚਨ ਲੀਡਰ ਨੂੰ ਇਹਨਾਂ ਨੇ ਬੁਲਾਇਆ ਸੀ ਜਥੇਦਾਰ ਹੋਣਾ ਨੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਉਸ ਤਰ੍ਹਾਂ ਦੇ ਤੱਤਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਹੜੇ ਕਿ ਇੱਕ ਤਰ੍ਹਾਂ ਦਾ ਖਾਸ ਨੈਰੇਟਿਵ ਸਿਰਜ ਕੇ ਉਦੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਇੱਕ ਖਾਸ ਏਜੰਡਾ ਲਾਗੂ ਕਰਨਾ ਚਾਹੁੰਦੇ ਹੋਣ ਲੇਕਿਨ ਜਿਹੜਾ ਸਭ ਤੋਂ ਵੱਡਾ ਸਵਾਲ ਆ ਜਿਹਦੇ ਉੱਤੇ ਆਪਾਂ ਇਨਕਾਰ ਨਹੀਂ ਕਰ ਸਕਦੇ ਉਹ ਹੈਗਾ ਵੀ ਇਹਦੇ ਤੱਕ ਆਤਮ ਚਿੰਤਨ ਕਿਸੇ ਨੇ ਕੀਤਾ ਹੀ ਨਹੀਂ ਹੈਗਾ ਵੀ ਭਾਈ ਜਿਹੜਾ ਸਿੱਖਾਂ ਦੇ ਵਿੱਚੋਂ ਜੇ ਦਲਿਤ ਜਾ ਰਹੇ ਨੇ ਤਾਂ ਕਿਉਂ ਜਾ ਰਹੇ ਹੈਗੇ ਨੇ ਤੇ ਨਹੀਂ ਆਤਮ ਚਿੰਤਨ ਤਾਂ ਤੁਹਾਡੇ ਮੇਰੇ ਵਰਗੇ ਨੇ ਬਹੁਤ ਕੀਤਾ ਪਰ ਉਹ ਕਹਿੰਦਾ ਨਾ ਵੀ ਇੱਕ ਮੇਰੀ ਗੱਲ ਸੁਣੋ ਇਹਦੇ ਵਿੱਚ ਇੱਕ ਕਹਾਵਤ ਆ ਨਾ ਵੀ ਜੇ ਸੁੱਤੇ ਪਏ ਨੂੰ ਤਾਂ ਜਗਾ ਲਓਗੇ ਤੇ ਜਾਗਦੇ ਨੂੰ ਕਿਵੇਂ ਜਾਗਦਾ ਜਿਹੜਾ ਮਚਲਾ ਹੋ ਜੇ ਤੇ ਉਹਨੂੰ ਉਹਨੂੰ ਕਿਵੇਂ ਕੌਣ ਜਗਾਊਗਾ ਆਪਣੇ ਵਰਗਿਆਂ ਨੇ ਕੀਤਾ ਸਹੀ ਗੱਲ ਇਹ ਹੈਗੀ ਹੈ ਕਿ ਜਿਹੜਾ ਜਿਨ੍ਹਾਂ ਨੇ ਕਰਨਾ ਸੀਗਾ ਜਿਹੜੇ ਆਪਣੇ ਆਪ ਨੂੰ ਧਰਮ ਦੇ ਆਗੂ ਕਹਿੰਦੇ ਨੇ ਆਪਣਾ ਦਾਨੀਆਲੀਆ ਸਾਹਿਬ ਉਹਨਾਂ ਨੇ ਇਹਦੇ ਵਿੱਚ ਕੁਛ ਨਹੀਂ ਕੀਤਾ ਹੋਇਆ ਕੀ ਕਿ ਆਰਾਮ ਨਾਲ ਆਪਣੀ ਜਿਹੜੀ ਹੈਗੀ ਆ ਪੰਥਕ ਸਰਦਾਰੀਆਂ ਨੂੰ ਮਾਣਿਆ ਹੈਗਾ ਤੇ ਦੂਜੇ ਗੱਲ ਇਹ ਹੈਗੀ ਹੈ ਕਿ ਇਹਦੇ ਵਿੱਚ ਹੁਣ ਹੁੰਦਾ ਕੀ ਹੈ ਜੇ ਪੰਜਾਬ ਦਾ ਟੋਟਲੀ ਦੇਖਿਆ ਜਾਵੇ ਸਾਡੀ ਹਾਲਤ ਇਹ ਰਹੀ ਹੈ ਕਿ ਸਾਡੇ ਪੰਜਾਬ 'ਚ ਤੱਲਣ ਵਰਗੇ ਕਾਂਡ ਹੋਏ ਹੈਗੇ ਨੇ ਠੀਕ ਹੈ ਸਾਡੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਦਲਿਤਾਂ ਦਾ ਗੁਰਦੁਆਰਿਆਂ ਦੇ ਵਿੱਚੋਂ ਬਾਈਕਾਟ ਦੇ ਸੁਨੇਹੇ ਆਉਂਦੇ ਰਹੇ ਹੈਗੇ ਨੇ ਉਸ ਗੁਰਦੁਆਰੇ 'ਚ ਜਿੱਥੇ ਅਵਲ ਅੱਲਾ ਨੂਰ ਪਾਏ ਦੀ ਆਵਾਜ਼ਾਂ ਆਉਂਦੀ ਉਹਦੇ ਵਿੱਚੋਂ ਬਾਈਕਾਟ ਦੇ ਸੁਨੇਹੇ ਅੱਜ ਤੱਕ ਆਉਂਦੇ ਹੈਗੇ ਨੇ ਸਾਡੇ ਵਿੱਚ ਵੀ ਉਹ ਸਾਰੀਆਂ ਗੱਲਾਂ ਹੈਗੀਆਂ ਜਿਹਦੇ ਖਿਲਾਫ਼ ਗੁਰੂ ਸਾਹਿਬ ਲੜਦੇ ਰਹੇ ਨੇ ਇਹ ਇੱਕ ਸੱਚ ਹੈ ਇਹਨੂੰ ਕੋਈ ਮੰਨੇ ਚਾਹੇ ਨਾ ਮੰਨੇ ਹਾਂ ਕੋਈ ਇਹ ਦਾਅਵਾ ਕਰ ਸਕਦਾ ਵੀ ਸਾਡਾ ਜਿਹੜਾ ਮੌਜੂਦਾ ਜਥੇਦਾਰ ਆ ਉਹ ਵੀ ਉਸ ਭਾਈਚਾਰੇ ਵਿੱਚੋਂ ਆ ਕੋਈ ਇਹ ਵੀ ਕਹਿ ਸਕਦਾ ਹੈਗਾ ਕਿ ਦੇਖੋ ਜੀ ਸ਼੍ਰੋਮਣੀ ਕਮੇਟੀ ਵਿੱਚ ਵੀ ਮਾੜੀ ਮੋਟੀ ਇਹਨੂੰ ਹਿੱਸੇਦਾਰੀ ਹੈਗੀ ਆ ਪਰ ਜਿਹੜੀ ਜ਼ਮੀਨੀ ਤੌਰ ਦੇ ਉੱਤੇ ਜਿਹੜੀ ਹੈਗੀ ਗੱਲ ਆਉਂਦੀ ਹੈਗੀ ਆ ਸਵਾਲ ਤਾਂ ਵੱਡਾ ਹੀ ਹੈ ਕੋਈ ਵੀ ਸਵਾਲ ਪੁੱਛ ਸਕਦਾ ਵੀ ਜਿਹੜਾ ਪਿੰਡ ਦੇ ਵਿੱਚ ਦੋ ਗੁਰਦੁਆਰੇ ਨੇ ਆਮ ਤੌਰ ਤੇ ਕਈ ਹੁੰਦੇ ਨੇ ਪਰ ਇੱਕ ਮੋਟੇ ਤੌਰ ਤੇ ਦੋ ਗੁਰਦੁਆਰੇ ਇੱਕ ਵੱਡਾ ਗੁਰਦੁਆਰਾ ਇੱਕ ਛੋਟਾ ਗੁਰਦੁਆਰਾ ਇਹ ਵੱਡਾ ਛੋਟਾ ਕਿੱਥੋਂ ਆ ਗਿਆ ਵੀ ਸਿੱਖੀ ਦੇ ਵਿੱਚ ਹੈ ਤੇ ਇਹ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈਗਾ ਕੌਣ ਦਊਗਾ ਸਰ ਤੇ ਇਸੇ ਕਰਕੇ ਫਿਰ ਜਿਹੜੇ ਲੋਕ ਮਤਲਬ ਧਰਮ ਪਰਿਵਰਤਨ ਕਰਦੇ ਨੇ ਉੱਥੇ ਉਹਨਾਂ ਨੂੰ ਲੱਗਦਾ ਵੀ ਸਾਡਾ ਮਾਨਸਿਕਾਰ ਹੁੰਦਾ ਤੇ ਉਹਦੇ ਵਿੱਚ ਤੁਸੀਂ ਪੱਗ ਰੱਖ ਕੇ ਵੀ ਉਹਦੇ ਵਿੱਚ ਚਲੇ ਜਾਂਦੇ ਹੋ ਅੱਜ ਕੱਲ੍ਹ ਜਿਹੜੇ ਡੇਰੇ ਜੇ ਬਣੇ ਹੋਏ ਨੇ ਈਸਾਈਆਂ ਦੇ ਜਿਹੜੇ ਇਸ ਤਰ੍ਹਾਂ ਨਾਲ ਕ੍ਰਿਸਚੈਨਿਟੀ ਨੂੰ ਜੋੜਦੇ ਆ ਉਹ ਦੋ ਕੰਮ ਕਰਦੇ ਨੇ ਮੈਂ ਪਿਛਲੀ ਵਾਰ ਵੀ ਪ੍ਰੋਗਰਾਮ ਦੱਸਿਆ ਸੀ ਬਹੁਤ ਸਾਰੇ ਜਿਹੜੇ ਕ੍ਰਿਸਚਨ ਅਡੋਪਟ ਕੀਤਾ ਵਾ ਜਾਂ ਫਿਰ ਉਹਨਾਂ ਡੇਰਿਆਂ 'ਚ ਜਾਂਦੇ ਨੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਵੀ ਲਾਈ ਆਪਣਾ ਗੁਰੂਆਂ ਸਿੱਖ ਗੁਰੂਆਂ ਦੀ ਫੋਟੋ ਵੀ ਲਾਈ ਹੁੰਦੀ ਹੈ ਆਪਣੇ ਘਰੇ ਉਹ ਜਿਹੜਾ ਕ੍ਰੋਸ ਤੇ ਨਿਸ਼ਾਨ ਜਿਹਾ ਵੀ ਲਾਇਆ ਹੁੰਦਾ ਹੈਗਾ ਹੈ ਤੇ ਸੋ ਮਸਲਾ ਕੀ ਕਹਿਣ ਦਾ ਉਹ ਮਤਲਬ ਦੋਵੇਂ ਤਰ੍ਹਾਂ ਜੇ ਉਹ ਉਸੇ ਤਰ੍ਹਾਂ ਦੀ ਮਾਨਸਿਕਤਾ ਜਿਵੇਂ ਮੈਂ ਸਿੰਪਲ ਸਭ ਨੂੰ ਸਮਝਾਉਣਾ ਹੋਵੇ ਵੀ ਆਪਣਾ ਮੈਂ ਡੇਰੇ ਦੀ ਉਦਾਹਰਨ ਨਹੀਂ ਦਿੰਦਾ ਮੈਂ ਇੱਕ ਹੋਰ ਉਦਾਹਰਨ ਦਿੰਦਾ ਇੱਕ ਤਾਂ ਹੁੰਦਾ ਡੇਰੇ ਵਾਲੇ ਸੰਤ ਆ ਜਿਹੜੇ ਰਾਮ ਰਹੀਮ ਟਾਈਪ ਦੇ ਹੋ ਗਏ ਜਿਹੜੇ ਸਾਧ ਹੋ ਗਏ ਇੱਕ ਹੁੰਦਾ ਆਪਣੇ ਜਿਹੜੇ ਸਿੱਖੀ ਦੇ ਬੇਸ ਦੇ ਵਿੱਚ ਹੈਗੇ ਆ ਸੰਤ ਲਾਣਾ ਜਾਂ ਸਾਧ ਲਾਣਾ ਹੋ ਗਿਆ ਵੀ ਉਹਨਾਂ ਨੇ ਆਪਣੇ ਘਰੇ ਕਿਸੇ ਸੰਤ ਦੀ ਫੋਟੋ ਵੀ ਲਾਈ ਹੁੰਦੀ ਹੈ ਕਿਸੇ ਵੀ ਸੰਪਰਦਾ ਦੀ ਬਥੇਰੀਆਂ ਸੰਪਰਦਾਵਾਂ ਆਪਣੇ ਜਿਹੜਾ ਸਿੱਖੀ ਦੇ ਰੂਪ ਚ ਪ੍ਰਚਾਰ ਕਰਦੀਆਂ ਨੇ ਉਹਨਾਂ ਦੀ ਫੋਟੋ ਵੀ ਲਾਈ ਹੁੰਦੀ ਹੈ ਤੇ ਨਾਲ ਹੀ ਗੁਰੂ ਨਾਨਕ ਸਾਹਿਬ ਦੀ ਲਾਈ ਹੁੰਦੀ ਹੈ ਇਹੀ ਕੁਛ ਇਹਨਾਂ ਦੇ ਮੈਂ ਘਰਾਂ 'ਚ ਦੇਖਦਾ ਹੁੰਦਾ ਜਦੋਂ ਮੈਂ ਕਦੇ ਰਿਪੋਰਟਿੰਗ ਦੌਰਾਨ ਜਾਂ ਉੱਥੇ ਜਾਣ ਦਾ ਮੌਕਾ ਮਿਲਦਾ ਵੀ ਗੁਰੂ ਸਾਹਿਬ ਦੀ ਫੋਟੋ ਵੀ ਆ ਨਾਲ ਹੀ ਇਹਨਾਂ ਦੇ ਕਿਸੇ ਯਿਸੂ ਦੀ ਮਸੀਹ ਦੀ ਫੋਟੋ ਵੀ ਲਾਈ ਹੁੰਦੀ ਹੈ ਇਹ ਤਾਂ ਅਸਲ 'ਚ ਨਾ ਪੰਜਾਬ ਦੇ ਵਿੱਚ ਨਾ ਇੱਕ
ਜਿਹੜੀ ਸਮੁੱਚਤਾ ਦਾ ਕਨਸੈਪਟ ਸ਼ੁਰੂ ਤੋਂ ਚੱਲਦਾ ਰਿਹਾ ਹੈਗਾ, ਇਹਦੇ ਵਿੱਚ ਉਹ ਬਹੁਤੇ ਬੰਦੇ ਸਾਈ ਬਣ ਜਾਂਦੇ ਨੇ। ਇਹ ਤਾਂ ਹੁਣ ਤੁਸੀਂ ਆਤਮ ਚਿੰਤਨ ਕਰੋ, ਪਰ ਅੱਜ ਦੀ ਘੜੀ ਵਿੱਚ ਤੁਸੀਂ ਧਰਮ ਪਰਿਵਰਤਨ ਕਾਨੂੰਨ ਦੀ ਗੱਲ ਕਰੋ, ਇਹਦੀ ਆੜ ਲੈ ਕੇ ਇਹ ਸਾਰਾ ਕੁਝ ਬੀਜੇਪੀ ਦੇ ਪੱਖ ਜਾਂਦਾ। ਬੀਜੇਪੀ ਚਾਹੁੰਦੀ ਹੈ ਵੀ ਇੱਕ ਘੱਟ ਗਿਣਤੀ ਦੂਜੀ ਘੱਟ ਗਿਣਤੀ ਦੇ ਖਿਲਾਫ਼ ਖੜਾ ਹੋਵੇ। ਉਹ ਤਾਂ ਦੇਖੋ, ਉਹਨਾਂ ਦਾ ਤਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਫਾਊਂਡਿੰਗ ਪ੍ਰਿੰਸੀਪਲ ਜਿਹਨੂੰ ਆਪਾਂ ਕਹਿੰਦੇ ਹਾਂ, ਮੂਲ ਸਿਧਾਂਤ ਹੀ ਇਹੀ ਹੈ ਕਿ ਵੰਡ ਪਾਓ। ਅੰਗਰੇਜ਼ਾਂ ਵਾਲੀ ਪਾਲਿਸੀ ਕਿ ਅੰਗਰੇਜ਼ ਜਾਤੀਵਾਦ ਤੇ ਵੰਡ ਪਾਉਂਦੇ ਸੀ, ਧਰਮ ਦੇ ਨਾਂ ਤੇ ਵੰਡ ਪਾਉਂਦੇ ਨੇ ਤੇ ਦੋ ਧਰਮ ਵੰਡਣ। ਇਹਨਾਂ ਨੇ ਸਿੱਖਾਂ ਦੇ ਨਾਲ ਤਾਂ ਦੋ ਤਰ੍ਹਾਂ ਢੰਗ ਨਾਲ ਕਰਨਾ। ਇੱਕ ਤਾਂ ਸਿੱਖਾਂ ਦੇ ਵਿੱਚ ਆਪਣੀ ਵਿਚਾਰਧਾਰਾ ਦੀ ਘੁਸਪੈਠ ਕੀਤੀ ਹੋਈ ਹੈ ਸੰਘ ਨੇ, ਉਹ ਸ਼ੁਰੂ ਵੀ ਹੋ ਗਈ ਹੈ। ਹੁਣ ਤੁਸੀਂ ਦੇਖੋ ਨਾ, ਜਥੇਦਾਰ ਟਾਈਪ ਜਦੋਂ ਉਹਨਾਂ ਦੀ ਬੋਲੀ ਬੋਲਣ ਲੱਗ ਗਏ ਨੇ ਤਾਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ। ਇਸੇ ਤਰ੍ਹਾਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਮੁੱਦਾ ਸਮੇਂ ਸਮੇਂ ਉੱਠਦਾ ਰਿਹਾ ਵੀ RSS ਦੇ ਇਸ਼ਾਰੇ ਉੱਤੇ ਜਿਹੜਾ ਇਤਿਹਾਸ ਲਿਖਿਆ ਜਾਂਦਾ ਜਾਂ ਜਿਹਦੇ ਵਿੱਚ ਸਿੱਖ ਗੁਰੂਆਂ ਦੀ ਕਰਤਾਰਕੁਸ਼ੀ ਕੀਤੀ ਗਈ ਹੈਗੀ ਹੈ, ਤੇ ਸਮੇਂ ਸਮੇਂ ਉੱਤੇ ਧਾਰਮਿਕ ਲੀਡਰ ਸਾਡੇ ਬੋਲੇ ਤੱਕ ਨਹੀਂ। ਜਦੋਂ ਬਾਬਰੀ ਮਸਜਿਦ ਦਾ ਫੈਸਲਾ ਹੋਣਾ ਸੀ, ਇੱਥੇ ਸਟੇਟਮੈਂਟ 'ਚ ਕਿਹਾ ਗਿਆ ਜੀ ਉਰੇ ਗੁਰੂ ਨਾਨਕ ਦੇਵ ਜੀ ਵੀ ਜਿਹੜੇ ਉਰੇ ਆਏ ਸੀਗੇ ਕਿਉਂਕਿ ਉਹ ਰਾਮ ਜੀ ਦੇ ਭਗਤ ਸੀਗੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਮਲਾ ਕੀਤਾ ਸੀ ਇੱਕ ਵਾਰ ਜੀ, ਕਿਉਂਕਿ ਉਹ ਬਦਲਾ ਲੈਣ ਲਈ ਕੀਤਾ ਸੀ ਵੀ ਜਿਹੜਾ ਬਾਬਰ ਤੋਂ ਬਦਲਾ ਲੈਣ ਲਈ। ਇਹ ਇਤਿਹਾਸਕ ਤੌਰ ਤੇ ਬਿਲਕੁਲ ਗਲਤ ਤੱਥ ਹੈਗੇ ਨੇ। ਸਾਨੂੰ ਪਤਾ ਵੀ ਗੁਰੂ ਸਾਹਿਬ ਦੀ ਆਈਡੀਓਲੋਜੀ ਇਸ ਤਰ੍ਹਾਂ ਦੀ ਨਹੀਂ ਸੀਗੀ, ਪਰ ਇਹਨੂੰ ਚੈਲੰਜ ਕਰਨ ਦਾ ਵੀੜਾ ਜਿਹੜਾ ਕਿਸੇ ਵੀ ਵੱਡੇ ਸਿੱਖ ਲੀਡਰ ਨੇ ਚੁੱਕਿਆ ਵੀ ਇਹ ਬਕਵਾਸ ਹੋ ਰਹੀ ਹੈ, ਕਿਸੇ ਨੇ ਨਹੀਂ ਕਿਹਾ ਇਹ। ਤੇ ਇਹ ਮਤਲਬ ਕੁਛ ਲਗਾਤਾਰ ਚੱਲਦਾ ਰਿਹਾ ਹੈਗਾ। ਸਿੱਖਾਂ ਨੂੰ ਤਾਂ ਇਹ ਜਜ਼ਬ ਕਰਨਾ ਚਾਹੁੰਦੇ ਨੇ ਆਪਣੇ ਵਿੱਚ ਸਮਾ ਕੇ, ਜਿਹੜੇ ਹੈਗੇ ਨੇ ਕ੍ਰਿਸਚਨ ਤੇ ਮੁਸਲਮਾਨ ਉਹਨਾਂ ਨੂੰ ਉਂਝ ਖਤਮ ਕਰਨਾ ਚਾਹੁੰਦੇ ਨੇ, ਤੇ ਪੰਜਾਬ 'ਚ ਸੋਚਦੇ ਨੇ ਵੀ ਸਿੱਖਾਂ ਦੀ ਆਬਾਦੀ ਵੱਡੀ ਆ, ਕਿਉਂਕਿ ਨਾ ਇੱਕ ਜਾਂ ਦੋ ਘੱਟ ਗਿਣਤੀਆਂ ਨੂੰ ਜਿਹੜਾ ਟਾਰਗੇਟ ਸਿੱਖਾਂ ਰਾਹੀਂ ਕਰਾਇਆ ਜਾਵੇ। ਮਤਲਬ ਜਿਹੜਾ ਸਿੱਖ ਫਲਸਫਾ ਇਸ ਲਈ ਜਾਣਿਆ ਜਾਂਦਾ ਵੀ ਦੂਜੇ ਧਰਮ ਦੀ ਰੱਖਿਆ ਕਰਦਾ, ਜਾਂ ਜਿਹੜਾ ਸਿੱਖ ਧਰਮ ਫਲਸਫਾ ਇਸ ਲਈ ਜਾਣਿਆ ਜਾਂਦਾ ਵੀ ਉਹ ਕਦੇ ਜ਼ਬਰਦਸਤੀ ਧਰਮ ਪਰਿਵਰਤਨ ਨਹੀਂ ਕਰਾਉਂਦਾ। ਇਹ ਕੰਮ ਇਹਨਾਂ ਨੇ ਸਿਰਫ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਜਾਂ ਕਰਨ ਦੀਆਂ ਗੱਲਾਂ ਕਰ ਰਹੇ ਨੇ, ਤੇ ਦੂਜੇ ਪਾਸੇ ਜਿਹੜਾ ਇਹ ਸਿੱਖਾਂ ਤੋਂ ਹੀ ਉਹ ਕੰਮ ਕਰਾਉਣਾ ਚਾਹੁੰਦੇ ਨੇ ਜਿਹੜਾ ਇਹ ਕੰਮ ਦੂਜੇ ਸੂਬਿਆਂ 'ਚ ਖੁਦ ਕਰਦੇ ਨੇ। ਸੋ ਬਿਲਕੁਲ, ਇਹ ਜਿਹੜੀਆਂ ਗੱਲਾਂ ਨੇ ਇਹਦੇ ਉੱਤੇ ਜਿਵੇਂ ਆਪਾਂ ਵਿਸਥਾਰ ਨਾਲ ਕੀਤਾ, ਸਾਡੇ ਲਿਸਨਰ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ 9814910666 ਅਤੇ 9216410666 ਦੇ ਉੱਤੇ ਜਿਹੜਾ ਤੁਸੀਂ ਕਾਲ ਕਰਕੇ ਰੇਡੀਓ ਪੰਜਾਬ ਟੂਡੇ ਦੇ ਸਟੂਡੀਓ ਦੇ ਵਿੱਚ ਆਪਣੇ ਜਿਹੜੇ ਆ ਵਿਚਾਰ ਤੁਸੀਂ ਸਾਂਝੇ ਕਰ ਸਕਦੇ ਹੋ। ਸੋ ਇਹ ਜਿਹੜੀਆਂ ਗੱਲਾਂ ਆਪਾਂ ਅਰਸ਼ਦੀਪ ਵਾਲੀਆਂ ਕੀਤੀਆਂ, ਤੁਸੀਂ ਜਥੇਦਾਰ ਸਾਹਿਬ ਦਾ ਬਿਆਨ ਨੂੰ ਆਪਾਂ ਵਿੱਚ ਲਿਆ, ਅਤੇ ਨਾਲ ਕੁਛ ਇਹ ਵੀ ਚਰਚਾਵਾਂ ਆ ਰਹੀਆਂ ਨੇ ਕਿ ਜਿਹੜਾ ਇਹ, ਕਿਉਂਕਿ ਕ੍ਰਿਸਚਨਿਟੀ ਦੇ ਵਿੱਚ ਆਪਾਂ ਚੀਜ਼ ਦੇਖਿਆ ਕਿ ਇਹ ਜਿਹੜੇ ਵਹਿਮ ਭਰ ਨੇ ਉਹ ਵਹਿਮ ਨੇ, ਹੋਰ ਨੇ, ਉਹ ਚੀਜ਼ਾਂ ਹੈ ਨਹੀਂ। ਪਰ ਇਹ ਜਿਹੜੀਆਂ ਦਿਖਾਇਆ ਜਾ ਰਿਹਾ ਫੂਕ ਮਾਰੀ ਚਾਰ ਬੰਦੇ ਉੱਡ ਗਏ, ਸਾਊਥ ਵਾਲੀਆਂ ਫਿਲਮਾਂ ਵਾਲਾ ਹਾਲ ਹੈ, ਉਹਦੇ ਉੱਤੇ ਵੀ ਇੱਕ ਮੈਂ ਪੂਰਾ ਕਲੀਅਰ ਤਾਂ ਨਹੀਂ ਕਹਿੰਦੇ ਬਿਆਨ ਹੈ ਕਿ ਇਹ ਪਾਸਟਰ ਜਿਹੜੇ ਨਕਲੀ ਨੇ, ਇਹ ਕੀ ਹੈ? ਇਹਦਾ ਆਹੀ ਚੀਜ਼ ਆ ਜਿਵੇਂ ਨਾ ਆਪਣੇ ਇਹਨੂੰ ਹੋਰ ਸੌਖੇ ਢੰਗ ਨਾਲ ਸਮਝਣਾ ਹੋਵੇ, ਕੋਈ ਗੁੱਸਾ ਨਾ ਕਰਿਓ ਕਿਉਂਕਿ ਮੈਂ ਦਲੀਲ ਨਾਲ ਗੱਲ ਕਰਦਾ। ਤੇ ਜਿਵੇਂ ਹੁਣ ਸਾਡੇ ਸਿੱਖੀ ਦੇ ਵਿੱਚ ਅੰਧ ਵਿਸ਼ਵਾਸ ਨੂੰ ਕੋਈ ਜਗ੍ਹਾ ਨਹੀਂ ਹੈਗੀ, ਜਦੋਂ ਤੁਸੀਂ ਜਾਣਦੇ ਹੋ ਵੀ ਆਹ ਜੀ ਰਾੜੇ ਵਾਲੀ ਸੰਸਥਾ ਹੈਗੀ ਆ, ਉਹਨਾਂ ਦੇ ਜਿਹੜੇ ਵੱਡੇ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਆ ਚਮਤਕਾਰ ਕਰਤਾ ਸੀਗਾ ਜੀ, ਹੈ ਤੇ ਐਂ ਕਰਤਾ ਸੀ, ਜਾਂ ਫਲਾਨੇ ਜੇ ਹੋਏ ਹੈਗੇ ਨੇ ਇੱਧਰ ਲੁਧਿਆਣੇ ਜ਼ਿਲ੍ਹੇ ਵਾਲੇ ਇੱਕ ਹੈਗਾ ਸੰਪਰਦਾਇ ਬਣੀ ਹੋਈ ਹੈ, ਉਹ ਤਾਂ ਜੀ ਗੁਰੂ ਨਾਨਕ ਸਾਹਿਬ ਦਾ ਹੀ ਅਵਤਾਰ ਹੈਗੇ ਨੇ। ਵੀ ਜਦੋਂ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੋਲ ਆ ਜਾਂਦੇ ਹੁੰਦੇ ਸੀ, ਉਹ ਪਾਠ ਪੜ੍ਹਦੇ ਪੜ੍ਹਦੇ ਗੁਰੂ ਨਾਨਕ ਸਾਹਿਬ ਦੀ ਫੋਟੋ ਦਿਖਣ ਲੱਗ ਜਾਂਦੀ ਸੀ ਉਹਨਾਂ ਨੂੰ, ਹੈ ਤੇ ਉਹਨਾਂ ਤੋਂ ਫਿਰ ਬਾਕ ਲੈਣਾ ਔਖਾ ਹੋ ਜਾਂਦਾ ਸੀ। ਜਿੱਦਾਂ ਦੀਆਂ ਜਵਲੀਆਂ ਸਾਡੇ ਇਹਦੇ ਵਿੱਚ ਹੈਗੀਆਂ ਨੇ ਨਾ ਸਿੱਖ ਭਾਈਚਾਰੇ ਦੇ ਵਿੱਚ, ਜਿਹੜੇ ਆਹ ਸੰਤ ਜਾਂ ਸਾਧ ਬਣੇ ਹੋਏ ਨੇ, ਉਹ ਮਤਲਬ ਸਿੱਖੀ ਨਾਲ ਤਾਂ ਜਿੱਦਾਂ ਦੇ ਚਮਤਕਾਰਾਂ ਦੀ ਬਕਵਾਸ ਕਰਦੇ ਰਹੇ ਨੇ, ਇਹੀ ਚੀਜ਼ ਇੱਧਰ ਆ। ਤੇ ਉਹ ਇਸੇ ਕਰਕੇ ਜਿਹੜਾ ਨਾ ਇਹ ਜਿਹੜਾ ਬਹੁਤ ਸਾਰੇ ਜਿਹੜੇ ਕ੍ਰਿਸਚੈਨਿਟੀ ਦੇ ਜਿਹੜੇ ਵੱਡੇ ਆਗੂ ਕਹਿੰਦੇ ਵੀ ਯਾਰ ਜਿਹੜੇ ਆ ਲਗਾਤਾਰ ਉਰੇ ਆ ਕੇ ਪੰਜਾਬ 'ਚ ਪ੍ਰਚਾਰ ਪ੍ਰਚੂਰ ਕਰ ਰਹੇ ਨੇ ਨਾ, ਕਿਉਂਕਿ ਡੇਰਿਆਂ ਦੇ ਰੂਪ 'ਚ ਕਰ ਰਹੇ ਨੇ ਜਿਵੇਂ ਮੈਂ ਦੱਸਿਆ ਵੀ ਡੇਰੇ ਦੇ ਰੂਪ 'ਚ ਕਰ ਰਹੇ ਨੇ, ਵੀ ਇਹਨਾਂ ਦਾ ਕ੍ਰਿਸਚੈਨਿਟੀ ਦੇ ਮੁਗਲ ਨਾਲ ਕੋਈ ਲੈਣਾ ਦੇਣਾ ਨਹੀਂ। ਸਿੱਧੀ ਜੀ ਗੱਲ ਆ, ਜਿਵੇਂ ਡੇਰਾ ਕਲਚਰ ਹੈ ਜਾਂ ਜਿਵੇਂ ਜਿਹੜਾ ਜਿਹਨਾਂ ਨੂੰ ਅਸੀਂ ਡੇਰਾ ਕਹਿੰਦੇ ਤੁਹਾਨੂੰ ਸ਼ਰਮਾਉਂਦੇ ਹਾਂ ਵੀ ਜਿਹੜੇ ਮਤਲਬ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਕਹਿ ਕੇ ਪ੍ਰਚਾਰ ਕਰਨ ਵਾਲਾ ਸਾਧ ਲਾਣਾ ਉਹ ਪਖੰਡ ਕਰਦਾ, ਉਸੇ ਤਰ੍ਹਾਂ ਹੀ ਇਹ ਪਖੰਡ ਕਰਦੇ ਨੇ, ਇਹਨਾਂ 'ਚ ਕੋਈ ਫਰਕ ਨਹੀਂ ਜੀ। ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ। ਹੁਣ ਇਸੇ ਗੱਲ ਨੂੰ ਅੱਗੇ ਵਧਾਉਣਾ ਤੇ ਹੁਣ ਕਾਰਪੋਰੇਟ ਘਰਾਣਾ ਇੱਕ ਗੋਡਰੇਜ ਬਹੁਤ ਛੋਟਾ ਨਹੀਂ ਹੈ, ਉਹਨਾਂ ਨੇ ਵੀ ਇਸੇ ਚੀਜ਼ ਦੇ ਉੱਤੇ ਮੋਹਰ ਲਾਉਂਦਿਆਂ ਕਿਹਾ ਕਿ ਦੇਸ਼ ਨੂੰ ਵੰਡਣਾ ਬੰਦ ਕਰੋ। ਇਹ ਆਪਣੇ ਆਪ 'ਚ ਇਸ ਲਈ ਵੱਡੀ ਖਬਰ ਹੈਗੀ ਹੈ ਕਿਉਂਕਿ ਇੱਕ ਵੱਡੇ ਘਰਾਣੇ ਨੇ, ਵਪਾਰਕ ਘਰਾਣੇ ਨੇ, ਆਮ ਤੌਰ ਤੇ ਵਪਾਰੀ ਨੂੰ ਹੁੰਦਾ ਆਪਣਾ ਕੰਮ ਤੱਕ ਮਤਲਬ ਰੱਖੋ, ਇਦੋਂ ਬਾਅਦ ਜੋ ਕੁਛ ਹੁੰਦਾ ਹੋਈ ਜਾਵੇ। ਲੇਕਿਨ ਉਹਦੇ ਵੱਲੋਂ ਇਹ ਕਹਿਣਾ ਵੀ ਮੁਲਕ ਨੂੰ ਭਾਈ ਵੰਡਣਾ ਤੁਸੀਂ ਬੰਦ ਕਰ ਦਿਓ, ਕਿਉਂਕਿ ਮੁਲਕ ਦੇ ਵਿੱਚ ਨੂੰ ਜੋੜਨ ਦਾ ਕੰਮ ਕਰੋ। ਸਿੱਧੇ ਤੌਰ ਤੇ ਗੋਦਰੇਜ ਦੇ ਜਿਹੜੇ ਹੈਗੇ ਆ ਮਾਲਕ ਨੇ,
ਇਹ ਗੱਲ ਜਿਹੜੀ ਆਖੀ ਪ੍ਰਧਾਨ ਨੇ ਇਹ ਗੱਲ ਆਖੀ ਹੈ ਭਾਰਤ ਦੀ ਹਕੂਮਤ ਨੂੰ। ਸੋ ਇਹ ਵੱਡੀ ਚੀਜ਼ ਹੈਗੀ ਹੈ ਕਿਉਂਕਿ ਹੁਣ ਤੱਕ ਇਹ ਸਰਕਾਰ ਉੱਤੇ ਇਹੀ ਦੋਸ਼ ਲੱਗਦਾ ਰਿਹਾ ਨਾ ਵੀ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਖੇਡਦੀ ਹੈ। ਵੈਸੇ ਤਾਂ ਦੋ ਹੀ ਘਰਾਣਿਆਂ ਦੇ ਹੱਥਾਂ ਚ ਮੁੱਦ ਖੇਡਦੀ ਹੈ। ਇਹਦੇ ਵਿੱਚ ਫਿਰ ਬਹੁਤ ਸਾਰੇ ਘਰਾਣੇ ਹੁੰਦੇ ਜਿਹਨਾਂ ਦੇ ਆਪਣੇ ਹਿੱਤ ਨਹੀਂ ਮਤਲਬ ਪੂਰੇ ਹੁੰਦੇ ਹੁੰਦੇ, ਫਿਰ ਉਹ ਕਈ ਵਾਰ ਫਿਰ ਸੱਚੀ ਗੱਲ ਕਹਿ ਜਾਂਦੇ ਹੁੰਦੇ ਨੇ। ਗੋਦਰੇਜ ਇੰਡਸਟਰੀ ਦਾ ਚੇਅਰਮੈਨ ਜਿਹੜਾ ਤੇ ਪ੍ਰਬੰਧਕ ਨਿਰਦੇਸ਼ਕ ਨਾਦਿਰ ਗੋਦਰੇਜ ਆ, ਉਹਨੇ ਸਰਕਾਰ ਨੂੰ ਕਿਹਾ ਕਿ ਉਦਯੋਗ ਤੇ ਦੇ ਵਿੱਚ ਵੀ ਜਿਹੜਾ ਹੈਗਾ ਵੰਡਣ ਵਾਲੀਆਂ ਗਤੀਵਿਧੀਆਂ ਦੇ ਉੱਤੇ ਰੋਕ ਲਾਈ ਜਾਣੀ ਚਾਹੀਦੀ ਹੈ ਕਿਉਂਕਿ ਵਧੇਰੇ ਜਿਹੜੇ ਹੈਗੇ ਯਤਨ ਕਰਨੇ ਚਾਹੀਦੇ ਜੋੜਨ ਦੇ, ਕਿਉਂਕਿ ਦੇਸ਼ ਨੂੰ ਵੰਡ ਦੇਣਾ ਵੰਡਣਾ ਬੰਦ ਕਰਨਾ ਚਾਹੀਦਾ। ਗੋਦਰੇਜ ਦੀ ਟਿੱਪਣੀ ਦੇ ਪਹਿਲੂ ਨੂੰ ਦੇਖਦੇ ਹੋਏ ਇਸ ਲਈ ਮਹੱਤਵਪੂਰਨ ਹੈ ਕਿ ਦੇਸ਼ ਦੇ ਵਿੱਚ ਜਿਹੜੇ ਇਸ ਸਮੇਂ ਜਿਹੜਾ ਉਦਯੋਗਪਤੀ ਆਮ ਤੌਰ ਦੇ ਉੱਤੇ ਜਿਹੜਾ ਕੋਈ ਵੀ ਜਿਹੜਾ ਬਿਆਨ ਦੇਣ ਤੋਂ ਬਚਦਾ ਆ ਰਿਹਾ। 2019 ਦੇ ਵਿੱਚ ਜਿਹੜਾ ਹੈਗਾ ਇਹ ਬਿਆਨ ਇਸ ਤਰ੍ਹਾਂ ਦਾ ਰਾਹੁਲ ਬਜਾਜ ਹੋਰਾਂ ਨੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਵਿੱਚ ਤਿੰਨ ਚਾਰ ਸਾਲ ਬਾਅਦ ਇਹ ਬਿਆਨ ਜਿਹੜਾ ਹੁਣ ਜਾ ਕੇ ਗੋਦਰੇਜ ਦਾ ਜਿਹੜਾ ਮੁਖੀ ਦਿੱਤਾ ਹੈਗਾ। ਇਸ ਲਈ ਮਹੱਤਵਪੂਰਨ ਨਹੀਂ, ਆਮ ਤੌਰ ਤੇ ਜਿਵੇਂ ਮੈਂ ਦੱਸਿਆ ਵੀ ਵੱਡੇ ਵੱਡੇ ਕਾਰਪੋਰੇਟ ਘਰਾਣੇ ਮੂੰਹ ਦੇ ਵਿੱਚ ਘੁੰਗਲੀਆਂ ਪਾਈ ਬੈਠੇ ਨੇ ਤੇ ਸ਼ੁਕਰ ਹੈ ਕਿ ਇਸ ਹਾਦਸੇ ਨੂੰ ਇਸ ਜਮੂਦ ਨੂੰ ਕਿਸੇ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ ਬਿਲਕੁਲ, ਇਹ ਬਹੁਤ ਵੱਡੀ ਗੱਲ ਹੈ ਜਦੋਂ ਕਿ ਕਾਰਪੋਰੇਟ ਘਰਾਣੇ ਜਦੋਂ ਬੋਲਦੇ ਜੇਕਰ ਸਰਕਾਰਾਂ ਬਦਲ ਸਕਦੀਆਂ ਤਾਂ ਸਰਕਾਰਾਂ ਦੀ ਸੋਚ ਵੀ ਬਦਲੀ ਜਾ ਸਕਦੀ। ਸੋਚ ਤਾਂ ਪਤਾ ਨੀ ਪਰ ਪ੍ਰੈਸ਼ਰ ਹੋ ਸਕਦਾ ਹੈਗਾ ਉਹਨਾਂ ਦੇ ਉੱਤੇ ਨਾ, ਪ੍ਰੈਸ਼ਰ ਕੀਤਾ ਜਾ ਸਕਦਾ ਵੀ ਆਪਾਂ ਇੱਕ ਇੱਕ ਨਾ ਸੁਨੇਹਾ ਜਾਂਦਾ ਹੁੰਦਾ ਵੀ ਦੇਖੋ ਯਾਰ ਤੁਹਾਡੇ ਵਿਰੁੱਧ ਤਾਂ ਆਪਾਂ ਵੱਡੇ ਵੱਡੇ ਘਰਾਣੇ ਵੀ ਕਹਿਣ ਲੱਗ ਗਏ ਵੀ ਕਿੰਨਾ ਬੁਰਾ ਹਾਲ ਆ। ਜਿਵੇਂ ਹੁਣ ਭਾਵੇਂ ਕਿ ਨਾ ਵੀ ਇਹਨਾਂ ਦਾ ਇੱਕ ਏਜੰਡਾ ਹੈਗਾ, ਉਸ ਏਜੰਡੇ ਉੱਤੇ ਇਹਨਾਂ ਦੀ ਸਾਰੀ ਸਿਆਸਤ ਖੜਦੀ ਹੈ, ਪਰ ਇੱਕ ਪ੍ਰੈਸ਼ਰ ਪੈਂਦਾ ਹੁੰਦਾ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਉਹ ਬਿਆਨ ਆ ਜਾਂਦਾ ਸਮੇਂ ਸਮੇਂ ਉੱਤੇ, ਤਾਂ ਉਹਦਾ ਇੱਕ ਨਾ ਇੱਕ ਨੈਤਿਕ ਪਹਿਲੂ ਹੁੰਦਾ ਹੈ ਵੀ ਆਹ ਦੇਖੋ ਤੁਹਾਡੇ ਤੋਂ ਕਈ ਵਾਰ ਫਿਰ ਇਹ ਨੁਕਸਾਨ ਵੀ ਕਰਦੇ ਹੁੰਦੇ। ਜੇ ਮੰਨ ਲਓ ਕਿ ਤੁਹਾਨੂੰ ਇਹੀ ਕਾਰਪੋਰੇਟ ਭਰਾਣੇ ਨੇ ਇਹੀ ਇਹਨਾਂ ਦੀ ਮਦਦ ਕਰਦੇ ਹੁੰਦੇ ਨੇ, ਅਗਲਾ ਕਹਿ ਦੂਗਾ ਵੀ ਅਗਲੀ ਵਾਰ ਭਾਈ ਸਾਡੇ ਹਿੱਤ ਵਿੱਚ ਬਹਿੰਦਾ ਨਹੀਂ ਤੁਹਾਡੀ ਪੋਲਿਟਿਕਸ, ਅਸੀਂ ਤੁਹਾਡੀ ਹੁਣ ਮਦਦ ਨਹੀਂ ਕਰਦੇ ਹੈਗੇ, ਉਹ ਨੁਕਸਾਨ ਹੋ ਸਕਦਾ ਹੁੰਦਾ। ਬਿਲਕੁਲ, ਥੋੜ੍ਹਾ ਜਿਹਾ ਮੈਂ ਵਪਾਰਕ ਸੁਨੇਹੇ ਦੇ ਦਿਆਂ ਜੀ, ਵੇਟ ਕਰਿਓ। ਅਤੇ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਹਰ ਤਰ੍ਹਾਂ ਦੇ ਮੇਕ ਦੇ ਰੀਫਰ ਦੀ ਰਿਪੇਅਰ ਕੀਤੀ ਜਾਂਦੀ ਹੈ, ਗੈਸ ਰੀਫਿਲ ਕੀਤੀ ਜਾਂਦੀ ਹੈ, ਏਸੀ ਵਰਕ ਸੈਮੀ ਦਾ ਕੀਤਾ ਜਾਂਦਾ, ਸੈਮੀ ਦੇ ਤੁਸੀਂ ਇੰਜਨ ਤੋਂ ਲੈ ਕੇ ਟਰਾਂਸਮਿਸ਼ਨ ਤੱਕ ਤਮਾਮ ਕੰਮ ਕਰਾ ਸਕਦੇ ਹੋ, ਆਇਲ ਚੇਂਜ, ਡੈਪ ਕਲੀਨਿੰਗ ਕਰਵਾ ਸਕਦੇ ਹੋ। ਸਾਰੀ ਟਰੱਕ ਸ਼ੋਪ ਦੇ ਜਿਹੜੀ ਮਕੈਨਿਜ਼ਮ ਹੈ ਉਹ ਕੰਪਿਊਟਰਾਈਜ਼ਡ ਹੈ ਜੀ, ਇੱਕ ਵਾਰੀ ਜ਼ਰੂਰ ਜਾਓ। 10224 ਰੈਜ਼ੀਡੈਂਸੀ ਰੋਡ ਬਨਾਰਸ, ਹਾਈਵੇ 66 ਐਗਜ਼ਿਟ 43 ਤੇ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦੇ ਕੇ ਤੁਸੀਂ ਆਪਦੀ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ 8043728800 ਤੇ। ਇੰਡੀਅਨ ਐਪਲਸ ਦੇ ਵਿੱਚ ਪੰਜਾਬ ਟਰੱਕ ਐਂਡ ਟ੍ਰੇਲਰ ਪੇਅਰ, ਲੋਕੇਸ਼ਨ ਹੈ ਜੀ 1315 ਵੈਸਟਰਨ ਹਾਨਾ ਐਵੀਨਿਊ ਦੇ ਵਿੱਚ। ਫੋਨ ਨੰਬਰ ਹੈ 317-979-7205 ਜਾਂ 6612045818 ਦੇ ਉੱਤੇ। ਇਹਨਾਂ ਕੋਲ ਤਮਾਮ ਮੇਕਸ ਦੇ ਯੂਜ ਅਤੇ ਬ੍ਰੈਂਡ ਨਿਊ ਟਾਇਰਸ ਮਿਲਦੇ ਨੇ, ਆਇਲ ਚੇਂਜ, ਡਰੈਫ ਕਲੀਨਿੰਗ, ਏ ਸੀ ਵਰਕ, ਆਲ ਟਾਈਪ ਆਫ ਮਕੈਨੀਕਲ ਕੰਮ ਬੜਾ ਵਧੀਆ ਅਤੇ ਕੁਇਕ ਸਰਵਿਸ ਕਰਦੇ ਨੇ। ਜੇ ਕਿਤੇ ਅਗਾਹੇ ਬਗਾਹੇ ਰਾਹ ਦੇ ਵਿੱਚ ਟਰੱਕ ਰਕਾਬ ਹੋ ਗਿਆ ਤਾਂ ਤੁਹਾਨੂੰ ਟੋ ਟਰੱਕ ਦੀ ਵੀ ਫੈਸਿਲਿਟੀ ਦਿੰਦੇ ਨੇ। ਬੁੱਕ ਕੀਪਿੰਗ, ਟਰੱਕ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕ ਤਸੱਲੀ ਬਖਸ਼ ਅਦਾਰਾ। ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ, ਲੋਕਪਾਲ ਸਿੰਘ ਸੋਹਲ ਹੋਰਾਂ ਨਾਲ ਤੁਸੀਂ ਕਿਤੋਂ ਵੀ ਕਾਲ ਕਰ ਸਕਦੇ ਹੋ। ਇਹ ਤੁਹਾਨੂੰ ਔਨਲਾਈਨ ਸਰਵਿਸਿਜ਼ ਵੀ ਪ੍ਰੋਵਾਈਡ ਕਰਾਉਣਗੇ। 253-520-8886 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਕੈਂਟ ਵਾਸ਼ਿੰਗਟਨ ਦੇ ਵਿੱਚ ਹੈ ਜੀ, 249-15-104 ਐਵੀਨਿਊ 'ਤੇ। ਪੰਜਾਬੀ ਦੇ ਵਿੱਚ ਖੁੱਲ੍ਹ ਕੇ ਗੱਲ ਕਰੋ। ਸ਼ੈਟਲ ਏਰੀਆ ਵਾਲਿਆਂ ਲਈ ਖੁਸ਼ਖਬਰੀ ਹੈ ਜੀ, ਮੱਖਣ ਨਾਗਰਾ ਹੋਲਾ ਨੇ ਆਪਣਾ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਖੋਲ੍ਹ ਲਿਆ, ਜਿੱਥੋਂ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ, ਇੰਡੀਅਨ ਫੂਡ ਵੀ ਜਿਹੜਾ ਔਡਰ ਕਰ ਸਕਦੇ ਹੋ ਅਤੇ ਡਾਈਨ ਇਨ ਵੀ ਕਰ ਸਕਦੇ ਹੋ। 236-09-104 ਐਵੀਨਿਊ ਕੈਂਟ, ਅਤੇ ਪਿਕਅਪ ਪੁਆਇੰਟ ਹੈਗਾ ਜੀ ਡਾਊਨ ਟਾਊਨ ਦੇ ਵਿੱਚ 1520 ਬਰਾਡਵੇ ਸੈਟਲ ਦੇ ਵਿੱਚ। 206-353-1699 ਅਤੇ 253-246-7296 ਦੇ ਉੱਤੇ ਕਾਲ ਕਰ ਦਿਓ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦਿਓਗੇ, ਤੁਹਾਡਾ ਅੱਛਾ ਇੱਜ਼ਤ ਮਾਨ ਸਤਿਕਾਰ ਵੀ ਕੀਤਾ ਜਾਏਗਾ, ਅੱਛਾ ਡਿਸਕਾਊਂਟ ਵੀ ਜਿਹੜਾ ਦਿੱਤਾ ਜਾਏਗਾ। ਸੋ ਹੁਣ ਆਪਾਂ ਗੱਲ ਕਰੀਏ ਜੀ, ਮੋਹਾਲੀ ਦੇ ਵਿੱਚ ਝੂਲਾ ਡਿੱਗ ਪਿਆ ਜੀ। ਇਹ ਝੂਲਾ ਕਿਹੜੀ ਕੰਪਨੀ ਨੇ ਲਾਇਆ? ਮੈਂ ਤਾਂ ਇੱਥੇ ਵੀ ਡਰਦਾ ਹੁੰਦਾ ਸੀਗਾ ਵੀ ਐਵੇਂ ਹੀ ਦੇ ਦਿੰਦੇ ਆ ਮੇਲਿਆਂ ਵਾਲਿਆਂ ਨੂੰ ਪੈਸੇ ਦੇ ਕੇ ਅਤੇ ਚੱਲ ਪੈਂਦਾ, ਕੋਈ ਇਹਦੇ ਵਿੱਚ ਸਿਕਿਉਰਿਟੀ ਨਹੀਂ, ਕੋਈ ਹੋਰ ਨਹੀਂ, ਕੀ ਨੁਕਸਾਨ ਹੋਇਆ ਜੀ? ਕਹਿੰਦੇ ਹੱਡੀਆਂ ਟੁੱਟ ਗਈਆਂ ਨੇ, ਰੀੜ੍ਹ ਦੀਆਂ ਹੱਡੀਆਂ ਹਿੱਲ ਗਈਆਂ ਨੇ, ਕਿੰਨੇ ਕੁ ਬੰਦਿਆਂ ਦਾ ਨੁਕਸਾਨ ਹੋਇਆ? ਹਾਲ ਦੀ ਘੜੀ ਜੋ ਮੇਰੇ ਕੋਲ ਖ਼ਬਰਾਂ ਆਈਆਂ ਹੈਗੀਆਂ ਨੇ ਇਹਦੇ ਵਿੱਚ ਮੋਹਾਲੀ ਤੋਂ,
ਮੇਰੇ ਇਸ ਸਮੇਂ ਤਾਂ ਮੈਂ ਇਹਨੂੰ ਆਪਣਾ ਜ਼ਿਲ੍ਹਾ ਹੀ ਆਖ ਸਕਦਾ ਕਿਉਂਕਿ ਜਦੋਂ ਮੈਂ ਇੱਥੇ ਰਹਿਣਾ ਹੈਗਾ ਤੇ ਮੋਹਾਲੀ ਦੇ ਫੇਜ਼ 8 ਦੀ ਘਟਨਾ ਹੈਗੀ ਹੈ। ਝੂਲਾ ਡਿੱਗਣ ਦੇ ਕਰਕੇ 10 ਕੁ ਦੇ ਕਰੀਬ ਲੋਕਾਂ ਦੀ ਲੋਕ ਜ਼ਖਮੀ ਹੋਏ ਨੇ, ਇਹਦੇ ਵਿੱਚ ਔਰਤਾਂ ਵੀ ਸ਼ਾਮਿਲ ਨੇ, ਬੱਚੇ ਵੀ ਸ਼ਾਮਿਲ ਨੇ। ਦੱਸਿਆ ਜਾ ਰਿਹਾ ਹੈਗਾ ਕਿ ਬਾਕੀ ਉਹਨਾਂ ਦੇ ਸੱਟਾਂ ਜਿਹੜੀਆਂ ਹੈਗੀਆਂ ਗੁੱਝੀਆਂ ਸੱਟਾਂ ਵੱਜੀਆਂ ਹੈਗੀਆਂ ਨੇ, ਗੰਭੀਰ ਸੱਟਾਂ ਲੱਗੀਆਂ ਹੋਈਆਂ, ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈਗਾ ਕਿ ਅਸੀਂ ਫਿਲਹਾਲ ਦੀ ਕਾਰਵਾਈ ਕਰ ਰਹੇ ਹੈਗੇ ਹਾਂ। ਹਾਦਸਾ ਜਿਹੜਾ ਹੈਗਾ ਜਦੋਂ ਵਾਪਰਿਆ, ਸਿੱਧੀ ਜੀ ਗੱਲ ਹੈ ਕਿ ਇੱਕ ਤਰ੍ਹਾਂ ਨਾਲ ਹੜਕੰਪ ਵੀ ਮਚਣਾ ਸੀਗਾ। ਹਾਦਸੇ ਨੂੰ ਜਿਹੜਾ ਲਾਪਰਵਾਹੀ ਦਾ ਕਾਰਨ ਦੱਸਿਆ ਜਾ ਰਿਹਾ, ਫਿਲਹਾਲ ਪੁਲਿਸ ਇਹ ਨਹੀਂ ਦੱਸ ਰਹੀ ਹੈਗੀ ਕਿ ਇਹਦਾ ਮੇਨ ਕਾਰਨ ਕੀ ਹੋ ਸਕਦਾ, ਕਿਉਂਕਿ ਉਹ ਜਾਂਚ ਦਾ ਵਿਸ਼ਾ ਹੁੰਦਾ, ਉਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਮੌਕੇ ਮੇਲੇ ਦੇ ਜਿਹੜੇ ਹੈਗੇ ਆ ਆਯੋਜਕ ਨੇ ਉਹਨਾਂ ਉਹ ਉੱਥੋਂ ਭੱਜ ਕੇ ਦੱਸੇ ਜਾ ਰਹੇ ਹੈਗੇ ਨੇ, ਤੇ ਵੀਡੀਓ ਦੇ ਰਾਹੀਂ ਵੀ ਫਿਲਹਾਲ ਦੱਸਿਆ ਜਾ ਰਿਹਾ ਹੈਗਾ ਕਿ ਹਾਦਸੇ ਵਾਲੀ ਜਿਹੜੀ ਹੈਗੀ ਹੈ ਉਹਦੇ ਦੱਸਿਆ ਜਾ ਰਿਹਾ ਵੀ ਅਸੀਂ ਇੱਥੇ ਜਿਹੜਾ ਇਹ ਘਟਨਾ ਹੋਈ ਸੀ। ਆਮ ਤੌਰ ਤੇ ਹੁੰਦਾ ਕੀ ਹੈ ਕਿ ਜਿਹੜੇ ਨਾ ਪ੍ਰਬੰਧਕ ਨੇ ਬਾਅਦ ਵਿੱਚ ਪ੍ਰਬੰਧਕ ਖੜਦੇ ਨੀ ਹੈਗੇ, ਇੱਕ ਵੱਡੀ ਚੀਜ਼ ਹੈਗੀ ਆ। ਇੱਥੇ ਉਹੀ ਚੀਜ਼ ਜਿਹੜੀ ਦਿਖਾਈ ਦੇ ਰਹੀ ਹੈਗੀ ਵੀ ਪ੍ਰਬੰਧਕ ਭੱਜ ਚੁੱਕੇ ਹੈਗੇ ਨੇ। ਹੁਣ ਪੁਲਿਸ ਇਹ ਕੋਸ਼ਿਸ਼ ਕਰ ਰਹੀ ਹੈ ਜਾਂਚਣ ਦੀ ਵੀ ਇਹਦੇ ਪਿੱਛੇ ਜਦੋਂ ਪ੍ਰਬੰਧਕਾਂ ਨੂੰ ਫੜਿਆ ਜਾਊਗਾ ਜਾਂ ਪਤਾ ਲੱਗੂਗਾ ਉਹਨਾਂ ਨੂੰ, ਤਾਂ ਉਹਨਾਂ ਤੋਂ ਪਤਾ ਲੱਗੂ ਵੀ ਇਹ ਸਾਰਾ ਕੀ ਕਹਾਣੀ ਸੀ, ਕਿਹੜੀ ਕੰਪਨੀ ਦਾ ਸੀ, ਕਿਵੇਂ ਕੀਤਾ ਸੀ, ਕੀ ਲਾਪਰਵਾਹੀ ਹੈ। ਖੈਰ ਲਾਪਰਵਾਹੀ ਦਾ ਵਿਸ਼ਾ ਤਾਂ ਕੱਲ੍ਹ ਤੱਕ ਕਲੀਅਰ ਹੋ ਜਾਊਗਾ ਜੀ। ਇਹ ਤਾਂ ਗੱਲ ਸਹੀ ਹੈ, ਪ੍ਰਬੰਧਕ ਜਿਹੜੇ ਪਰ ਜਿਹੜੇ ਆਰਡਰ ਦਿੰਦੇ ਨੇ, ਇੱਥੇ ਮੈਨੂੰ ਪਤਾ ਵੀ ਇੱਥੇ ਵੱਡੇ ਵੱਡੇ ਅਫਸਰ ਆ ਨਾ ਜਿਹੜੇ ਆਪਣੇ, ਇਹਨਾਂ ਦਾ ਬੜਾ ਲੈਣ ਦੇਣ ਹੈ ਇਸ ਮਾਮਲੇ ਦੇ ਵਿੱਚ। ਇਹ ਇੱਕ ਜਾਂਚ ਦਾ ਵਿਸ਼ਾ, ਅਤੇ ਉਹ ਅੱਖੋਂ ਪਰੋਖੇ ਕਰ ਦਿੱਤੇ, ਅਤੇ ਉਹਨਾਂ ਦੇ ਚਹੇਤਿਆਂ ਨੂੰ ਵੀ ਇਹੋ ਜਿਹੇ ਮੇਲੇ ਲਵਾ ਕੇ ਦਿੱਤੇ ਜਾਂਦੇ ਨੇ। ਬਿਲਕੁਲ, ਇਹ ਇੱਕ ਬਹੁਤ ਵੱਡੀ ਸਾਜਿਸ਼ ਮੈਂ ਇਹਨੂੰ ਕਹਿ ਸਕਦਾ, ਅਤੇ ਇਹਦੇ ਵਿੱਚ ਲੁੱਟ ਖਸੁੱਟ ਵੀ ਬੜੀ ਹੁੰਦੀ ਹੈ। ਇੱਥੇ ਮੇਲਾ ਲੱਗਿਆ ਬਠਿੰਡੇ, ਬੱਚੇ ਗਏ ਅਤੇ ਬੱਚਿਆਂ ਨੂੰ 500 ਰੁਪਈਆ ਫੜਾਤਾ, ਅਤੇ ਮੈਂ ਪਿੱਛੇ ਬੰਦਾ ਉਹਨੇ ਜੀ ਪਹਿਲਾਂ 400 ਰੁਪਈਆ ਮੋੜਤਾ, 400 ਉੱਤੋਂ ਗਿਣਾਤਾ, ਇੱਕ ਨੋਟ ਲੰਗੂਠੇ ਨਾਲ ਥੱਲੇ ਸੁੱਟ ਲਿਆ 300। ਕਹਿੰਦਾ ਜੀ ਮੈਂ ਤਾਂ ਪੂਰੇ ਦਿੱਤੇ, ਤੁਹਾਡਾ ਡਿੱਗ ਪਿਆ ਹੋਊ ਜੀ। ਬੱਚੇ ਕਹਿੰਦੇ ਮੈਂ ਦੂਜੀ ਵਾਰੀ ਫਿਰ ਭੇਜੇ, ਕੈਮਰਾ ਸੀ ਮਗਰ ਲਾ ਲਿਆ, ਜਦੋਂ ਕੈਮਰਾ ਦਾ ਸਟਿੰਗ ਹੋ ਗਿਆ ਤਾਂ ਫਿਰ ਹੇਠੋਂ ਗਿਣਤੀ ਕਰਾਈ। ਇੱਥੇ ADC ਹੁੰਦੀ ਸੀਗੀ ਜਿਹਨੇ ਕੀਤਾ ਸੀ, ਉਹਦੇ ਕੋਲ ਲੱਗੇ, ਕਹਿੰਦੀ ਜੀ ਆਪਕੀ ਜ਼ਿੰਮੇਵਾਰੀ ਹਮਾਰੀ ਨਹੀਂ। ਮੈਂ ਕਿਹਾ ਲੁੱਟ ਤਾਂ ਤੇਰੇ ਥੱਲੇ ਹੋ ਰਹੀ ਹੈ ਜਿਨ੍ਹਾਂ ਨੇ ਮੇਲਾ ਲਵਾਇਆ। ਫਿਰ ਖੜਕੈਂਤੀ ਕੀਤੀ ਜੀ, ਫਿਰ ਜਾ ਕੇ ਕੀਤਾ ਪੁਲਿਸ 'ਤੇ ਪਰਚਾ ਕਰਾਇਆ, ਫਿਰ ਜਦੋਂ ਫਸੇ ਫਿਰ ਉਹਨਾਂ ਜੁਰਮਾਨਾ ਲਾਤਾ 10-20 ਹਜ਼ਾਰ ਦਾ। ਠੀਕ ਹੈ, ਟੁੱਟੇ ਝੂਲੇ ਸਾਰਾ ਉੱਥੋਂ ਹੀ ਚੱਕਿਆ। ਫਿਰ ਅਗਲੇ ਮੇਲੇ 'ਤੇ ਉਹਨਾਂ ਫਿਰ ਉਹਨਾਂ ਨੇ ਦੱਸਿਆ ਜੀ, ਕਹਿੰਦੇ ਸਾਡਾ ਜਿਹੜਾ ਇਸ ਦੇ ਵਿੱਚ 25-30% ਹਿੱਸਾ ਜਿਹੜਾ ਜਾਂਦਾ, ਅਸੀਂ ਜਿਹੜਾ ਸਾਰਾ ਕੁਛ ਕਰਦੇ, ਲੱਖਾਂ ਕਰੋੜਾਂ ਰੁਪਈਆ ਇਹ ਕੁਝ ਦਿਨਾਂ 'ਚ ਕਮਾ ਲੈਂਦੇ ਨੇ, ਕਿਉਂਕਿ ਸਾਡੇ ਕੋਲ ਸੋਰਸ ਆਫ ਐਂਟਰਟੇਨਮੈਂਟ ਤਾਂ ਹੈ ਨਹੀਂ, ਇਹੋ ਜਿਹੇ ਸਾਡੇ ਕੋਲ ਅਮਿਊਜ਼ਮੈਂਟ ਪਾਰਕ ਹੈ ਨਹੀਂ ਇੱਥੇ, ਅਤੇ ਜਲ ਹੀ ਜੇ ਇਹੋ ਜਿਹੇ ਲਿਆ ਕੇ ਆ ਤੁਸੀਂ ਵੇਖਿਆ ਜਿਹੜਾ ਉੱਤੇ ਅਤੇ ਥੱਲੇ ਜਾਂਦਾ, ਕੀ ਤੁਸੀਂ ਮੰਨ ਸਕਦੇ ਹੋ ਕਿ ਇਹ ਪਰਮਾਨੈਂਟ ਸਟਰਕਚਰ ਹੈ, ਟੈਂਪਰੇਰੀ ਮੇਕਸ਼ਿਫਟ ਸਟਰਕਚਰ ਹੈ, ਨਟ ਬੋਲਟ ਇਹਨਾਂ ਦੇ ਪੁਰਾਣੇ ਹੈ। ਤੁਸੀਂ ਵੀ ਸਾਨੂੰ ਆਪਣੇ ਅੱਧੇ ਲਿਸਨਰ ਜਿਹੜੇ ਟਰੱਕ ਡਰਾਈਵਰ ਨੇ ਵੀਰ, ਜਿਹੜਾ ਨਟ 4 ਵਾਰੀ ਖੁੱਲ੍ਹ ਜੇ ਉਹਦੀਆਂ ਤਾਂ ਚੂੜੀਆਂ ਰੈਲੀਆਂ ਹੋ ਜਾਂਦੀਆਂ ਨੇ। ਹਾਂ, ਸੋ ਇੱਥੇ ਵੀ ਇੱਕ ਸਾਡੇ ਬਠਿੰਡੇ ਕਾਂਡ ਹੋਇਆ ਜੀ, ਤੁਹਾਨੂੰ ਬੜੀ ਇੰਟਰਸਟਿੰਗ ਚੀਜ਼ ਦਿਖਾਉਣਾ। ਤੁਸੀਂ ਫੋਨ ਕਰੋ ਕਿਸੇ ਕਾਰਪੋਰੇਸ਼ਨ ਦੇ ਵਿੱਚ, ਬਲਬ ਖਰਾਬ ਹੈ ਜੀ, ਕੋਈ ਨਹੀਂ ਆਉਂਦਾ ਗਾ ਕਈ ਕਈ ਦਿਨ, ਅਤੇ ਇੱਥੇ ਇੱਕ ਬੰਦੇ ਨੇ ਫੋਨ ਦੇ ਉੱਤੇ ਕਿਹਾ ਜੀ ਮੇਰੇ ਪਲਾਟ ਦੀ 15 ਦਿਨਾਂ ਨੂੰ ਰਜਿਸਟਰੀ ਹੈ, ਅਤੇ ਦਰਖਤ ਦੀ ਕਾਂਡ ਛਾਂਟ ਕਰ ਦਿਓ। ਉਹ ਕਾਂਡ ਛਾਂਟ ਤਾਂ ਜੀ 2 ਮਿੰਟਾਂ 'ਚ ਬੰਦੇ ਪਏ, ਅਤੇ ਕਾਂਡ ਛਾਂਟ ਕੀ ਕਰਨੀ, ਦਰਖਤ ਵੱਢਤਾ, ਕੱਲ੍ਹ ਮੁਜ਼ਾਹਰਾ ਕੀਤਾ। ਹੁਣ ਪੰਗਾ ਇਹ ਹੋ ਗਿਆ ਕਿ ਪੁਲਿਸ, ਅਸੀਂ 10 ਵਕੀਲਾਂ ਨਾਲ ਸਲਾਹ ਕਰ ਲਈ ਕਿ ਇਹਦੇ ਉੱਤੇ ਧਾਰਾ ਕਿਹੜੀ ਲੱਗੇ। ਉਹ ਕਹਿੰਦਾ ਜੀ ਸਰਕਾਰੀ ਜਾਇਦਾਦ ਦੀ ਨੁਕਸਾਨ ਕਰਨ ਦੀ ਧਾਰਾ, ਇਨਵਾਇਰਮੈਂਟ ਖੂਹ ਖਾਤੇ ਗਿਆ, ਕਹਿੰਦੇ ਕਿਉਂਕਿ ਜੰਗਲਾਤ ਮਹਿਕਮੇ ਦਾ ਦਰਖਤ ਹੈ ਨਹੀਂ, ਜੰਗਲਾਤ ਮਹਿਕਮਾ ਆਪਦੀ ਕਾਰਵਾਈ ਕਰੇ। ਜੇ ਜੰਗਲਾਤ ਮਹਿਕਮਾ ਹੁੰਦਾ ਤਾਂ ਉਹਨਾਂ ਦਾ ਫੀਤੀਆਂ ਮਾਰ ਕੇ ਉਹਨੂੰ 10-15 ਲੱਖ ਠੋਕਿਆ ਹੋਣਾ ਸੀ ਉਹਨੂੰ। 25 ਸਾਲ ਪੁਰਾਣਾ ਬੋਹੜ ਦਾ ਦਰਖਤ ਵੱਢਤਾ ਜੀ, ਦੱਸੋ ਕੀ ਕਰੋਗੇ ਇਹੋ ਜਿਹੇ ਮਾਮਲਿਆਂ 'ਤੇ। ਹੁਣ ਸ਼ਿਕਾਇਤਾਂ ਰਹਿ ਗਈਆਂ, ਗ੍ਰੀਨ ਟ੍ਰਿਬਿਊਨਲ ਨੂੰ ਕਰ ਦਿਓ, ਹੋਰ ਕਰ ਦਿਓ, ਜਿੰਨੀ ਦੇਰ ਪਰਚਾ ਨਹੀਂ ਹੁੰਦਾ, ਕਿਉਂਕਿ ਇਹ ਵਪਾਰੀਆਂ ਦੇ ਤਾਂ ਬੋਰਡ ਦਿਸਣੇ ਚਾਹੀਦੇ ਆ। ਉਹ ਇੱਕ ਆਪਣੇ ਸੱਜਣ ਮਿੱਤਰ ਕਹਿੰਦਾ ਦਰਖਤ ਲਾਉਣ ਨੂੰ ਤਾਂ ਪੇਂਡੂ ਹੈ, ਅਤੇ ਕਹਿੰਦੇ ਸ਼ਹਿਰੀ ਵੱਢਣ ਨੂੰ ਆ ਵਪਾਰੀ ਲੋਕ। ਹੈਂ, ਬਿਲਕੁਲ ਜੀ, ਅਸਲ 'ਚ ਹੁਣ ਇਹਦੇ ਵਿੱਚ ਹੁੰਦਾ ਹੈ ਨਾ ਕਿ ਜਿਹੜੇ ਡਾਢੇ ਨੇ ਨਾ ਉਹ ਛੁੱਟ ਜਾਂਦੇ ਹੈਗੇ ਨੇ ਜਾਂ ਉਹਨਾਂ ਤੱਕ ਗੱਲ ਪਹੁੰਚਦੀ ਨਹੀਂ ਹੈਗੀ। ਸੋ ਇਹ ਆਪਣੇ ਆਪ 'ਚ ਬਹੁਤ ਗੰਭੀਰ ਆ। ਅਸੀਂ ਦੇਖਦੇ ਹਾਂ ਕਿ ਜਿਹੜੀ ਪੁਲਿਸ ਹੈ ਮੋਹਾਲੀ ਵਾਲੀ ਇਹ ਕੀ ਕਰਦੀ ਹੈ ਜਾਂ ਕੀ ਰੰਗ ਲਾਉਂਦੀ ਹੈ। ਇਹ ਵੀ ਇੱਕ ਨਾ ਡਾਢਿਆਂ ਦਾ ਸੱਤੀ ਵੀ 100 ਜਿਹੜਾ ਬਣਿਆ ਹੋਇਆ ਨਾ ਜੀ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਬਿਲਕੁਲ ਬਿਲਕੁਲ। ਅਤੇ ਗੁਲਾਮ ਨਬੀ ਆਜ਼ਾਦ ਸਾਹਿਬ ਦੇ ਪੈਂਤੜੇ ਤੋਂ ਪਹਿਲਾਂ ਗੱਲ ਕਰਦੇ, ਗੁਲਾਮ ਨਬੀ ਆਜ਼ਾਦ ਸਾਹਿਬ ਤਾਂ ਟਿੱਬ ਗਏ ਜਿਹੜੇ ਆਪਣੇ ਆਪ ਨੂੰ ਘੁਆਉਂਦੇ ਸੀ, ਅਤੇ ਉਹਨਾਂ ਦਾ ਕੀ ਪੈਂਤੜਾ ਆਊਗਾ ਫਿਰ ਕਾਂਗਰਸ ਦੀ ਗੱਲ ਬਾਅਦ 'ਚ ਕਰਾਂਗੇ। ਗੁਲਾਮ ਨਬੀ ਆਜ਼ਾਦ ਇੱਕ ਸੂਬਾ ਪੱਧਰ ਦੀ ਪਾਰਟੀ ਬਣਾ ਰਹੇ ਨੇ, ਹਾਲੇ ਉਹਨਾਂ ਨੇ ਪਾਰਟੀ ਦਾ ਨਾਮਕਰਨ ਨਹੀਂ ਕੀਤਾ, ਨਾਂ ਨਹੀਂ ਰੱਖਿਆ,
ਉਹ ਕਹਿੰਦੇ ਵੀ ਮੈਂ ਆਪਣੇ ਮਿੱਤਰਾਂ ਸੁਨੇਹੀਆਂ ਦੇ ਨਾਲ ਸਲਾਹ ਕਰਕੇ ਫਿਰ ਨਾਮ ਰੱਖਾਂਗਾ। ਇੱਕ ਗੱਲ ਸਾਫ਼ ਹੈ ਕਿ ਕਾਂਗਰਸ ਤੋਂ ਵੱਖਰੇ ਹੋ ਕੇ ਉਹ ਸਿਰਫ ਜੰਮੂ ਐਂਡ ਕਸ਼ਮੀਰ ਦੇ ਵਿੱਚ ਸਿਆਸਤ ਕਰ ਸਕਦੇ ਨੇ, ਤੇ ਹੁਣ ਉਹ ਵੀ ਜਿਹੜੀ ਸਿਆਸਤ ਹੈ ਕਿਉਂਕਿ ਉਹਦੇ ਵਿੱਚ ਵੀ ਕੋਈ ਮੇਨ ਸਟ੍ਰੀਮ ਤਾਂ ਮੈਨੂੰ ਲੱਗਦਾ ਨੀ, ਕਿਉਂਕਿ ਉਹਦੇ ਵਿੱਚ ਇੱਦੂ ਡਾਟੇ ਬੈਠੇ ਹੈਗੇ ਨੇ, ਮੁਫਤੀ ਦਾ ਪਰਿਵਾਰ ਬੈਠਾ, ਫਿਰ ਅਬਦੁੱਲਿਆਂ ਦਾ ਪਰਿਵਾਰ ਬੈਠਾ ਹੈਗਾ। ਇਸ ਕਰਕੇ ਗੁਲਾਮ ਨਬੀ ਹੈ। ਦੂਜੇ ਪਾਸੇ ਬੀਜੇਪੀ ਡਾਇਰੈਕਟਰ ਸਿਰਜ ਰਹੀ ਹੈ ਕਿ ਉੱਥੇ ਕਿਤੇ ਨਾ ਕਿਤੇ ਵੀ ਕੋਈ ਨਾ ਲੋਕਲ ਪਾਰਟੀ ਖੜੀ ਕੀਤੀ ਜਾਵੇ, ਖੜੀ ਹੋਈ ਵੀ ਹੈ ਜਿਹਦੇ ਵਿੱਚ ਇੱਕ ਦੋ ਬੰਦੇ ਗਏ ਵੀ ਹੈਗੇ ਨੇ, ਤੇ ਦੋ ਤਿੰਨ ਧਿਰਾਂ ਇਹੋ ਜਿਹੀਆਂ ਖੜੀਆਂ ਕੀਤੀਆਂ। ਕੀ ਹੁਣ ਜਿਹੜੀ ਗੁਲਾਮ ਨਬੀ ਆਜ਼ਾਦ ਦੀ ਪਾਰਟੀ ਆ ਉਹ ਸੈਂਟਰ ਦੇ ਨਾਲ ਕੋਈ ਆਪਣਾ ਇਸ ਤਰ੍ਹਾਂ ਦਾ ਕਨੈਕਸ਼ਨ ਰੱਖੇਗੀ ਜਿਹਨੂੰ ਅੱਖ ਮਟਕਾ ਕਹਿੰਦੇ ਆਪਾਂ ਪੰਜਾਬੀ ਚ, ਜਾਂ ਫਿਰ ਕੋਈ ਉਹਦੇ ਕੋਲ ਨਵੀਂ ਸਿਆਸਤ ਹੈਗੀ ਆ? ਫਿਲਹਾਲ ਗੁਲਾਮ ਨਬੀ ਆਜ਼ਾਦ ਨੇ ਆਪਣੇ ਆਖਰੀ ਸਾਹ ਤੱਕ ਜੰਮੂ ਕਸ਼ਮੀਰ ਦੇ ਲੋਕਾਂ ਲਈ ਨਿਆਂ ਯਕੀਨੀ ਬਣਾਉਣ ਦੀ ਗੱਲ ਆਖੀ ਆ, ਤੇ ਇਹ ਵੀ ਕਿਹਾ ਕਿ ਉਹ ਜਿਹੜੀ ਹੈਗੀ ਆ ਜੰਮੂ ਕਸ਼ਮੀਰ ਦਾ ਜਿਹੜਾ ਵਿਸ਼ੇਸ਼ ਦਰਜਾ ਇਹਨੂੰ ਬਹਾਲ ਕਰਵਾ ਕੇ ਹਟਣਗੇ, ਇਹ ਮੇਰੀ ਸਿਖਰਲੀ ਤਰਜੀਹ ਹੋਊਗੀ। ਨਫ਼ਰਤ ਦੀਆਂ ਕੰਧਾਂ ਡੇਗਣ ਦੇ ਵਿੱਚ ਮੇਰਾ ਸਾਂਝਾ ਯੋਗਦਾਨ ਹੋਊਗਾ। ਆਜ਼ਾਦ ਨੇ ਆਪਣੀ ਨਵੀਂ ਪਾਰਟੀ ਦੇ ਏਜੰਡੇ ਦੀ ਗੱਲ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਰਾਜ ਦੇ ਦਰਜੇ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਹਨੂੰ ਬਹਾਲ ਮੈਂ ਕਰਵਾਊਂਗਾ। ਆਜ਼ਾਦ ਨੇ ਆਪਣੀ ਪਾਰਟੀ ਦੇ ਪ੍ਰਧਾਨ ਅਲਤਾਫ ਬੁਖਾਰੀ ਦੀਆਂ ਇਹਨਾਂ ਟਿੱਪਣੀਆਂ ਨੂੰ ਵੀ ਖਾਰਜ ਕੀਤਾ ਕਿ ਜੰਮੂ ਕਸ਼ਮੀਰ ਚ ਧਾਰਾ 370 ਮਨਸੂਖ ਕਰਨ ਲਈ ਸੰਸਦ ਵਿੱਚ ਹੋਈ ਜੋ ਵੋਟਿੰਗ ਦੌਰਾਨ ਉਹਨਾਂ ਮਤੇ ਦੇ ਹੱਕ ਵਿੱਚ ਵੋਟ ਪਾਈ ਸੀ, ਉਹ ਕਹਿੰਦੇ ਕਿ ਇਹਦਾ ਦੀ ਕੋਈ ਗੱਲ ਨੀ। ਆਪਣੀ ਪਾਰਟੀ ਹੈ ਨਾ ਜਿਹੜੀ, ਆਪਣੀ ਪਾਰਟੀ ਉਹ ਪਾਰਟੀ ਹੈ ਜਿਹੜੀ ਕਿ ਜਿਹਦੇ ਤੇ ਕਸ਼ਮੀਰ ਚ ਦੋਸ਼ ਲੱਗਦਾ ਵੀ ਸ਼ਾਇਦ ਸੈਂਟਰ ਦੇ ਹੱਥਾਂ ਚ ਖੇਡਦੀ ਹੈ, ਕਿਉਂਕਿ ਮੈਂ ਜਦੋਂ ਐਤਕੀ ਕਸ਼ਮੀਰ ਚ ਜਾ ਕੇ ਆਇਆ ਸੀਗਾ ਉਦੋਂ ਆਪਣੀ ਪਾਰਟੀ ਬਾਰੇ ਇਹੋ ਜਿਹੇ ਸਵਾਲ ਸੀਗੇ। ਉਹ ਸਵਾਲ ਇੱਥੇ ਹੈ ਕਿ ਗੁਲਾਮ ਨਬੀ ਆਜ਼ਾਦ, ਕਿਉਂਕਿ ਕਸ਼ਮੀਰ ਦੀ ਜਿਹੜੀ ਮੌਜੂਦਾ ਹਾਲਤ ਹੈ ਨਾ, ਕਸ਼ਮੀਰ ਵੈਲੀ ਦੀ ਮੈਂ ਗੱਲ ਕਰ ਰਿਹਾ, ਉੱਥੇ ਜਿਹੜਾ ਸੈਂਟਰ ਦੀ ਪੋਲੀਟਿਕਸ ਵਿੱਚ ਕੋਈ ਕਸ਼ਮੀਰੀ ਹੈ ਨਾ, ਉਹਨੂੰ ਐਂ ਮੰਨਿਆ ਜਾਂਦਾ ਵੀ ਇਹ ਇੰਡੀਅਨ ਸਟੇਟ ਦਾ ਬੰਦਾ ਬਿਲਕੁਲ, ਜਾਂ ਇਹ ਬੰਦਾ ਜਿਹੜਾ ਹੈਗਾ ਸਾਡੇ ਕਸ਼ਮੀਰੀਆਂ ਦੇ ਹਿੱਤ ਵਿੱਚ ਨਹੀਂ। ਉਹੀ ਪੰਜਾਬ ਵਾਲੀ ਸਥਿਤੀ ਹੋ ਗਈ ਜੀ। ਗੁਲਾਮ ਨਬੀ ਆਜ਼ਾਦ ਉੱਥੇ ਕਿਵੇਂ ਭਰੋਸਾ ਦਵਾਉਣਗੇ ਉਹਨਾਂ ਨੂੰ ਵੀ ਮੈਂ ਤੁਹਾਡਾ ਹੀ ਬੰਦਾ ਹੈਗਾ, ਜਿਨ੍ਹਾਂ ਨੇ 50 ਸਾਲ ਤੋਂ ਉੱਪਰ ਮਤਲਬ ਆਪਣਾ ਟਾਈਮ ਕਾਂਗਰਸ ਦੇ ਵਿੱਚ ਗੁਜ਼ਾਰਿਆ ਹੈਗਾ। ਸਵਾਲ ਇੱਕ ਹੈਗਾ ਵੀ ਜੇ ਤੁਸੀਂ ਕਾਂਗਰਸ ਨੂੰ ਉਸ ਵੇਲੇ ਛੱਡ ਕੇ ਗਏ ਹੋ ਜਦੋਂ ਕਾਂਗਰਸ ਦਾ ਬੁਰਾ ਹਾਲ ਸੀ, ਠੀਕ ਹੈ ਕਿ ਕਾਂਗਰਸ ਵਿੱਚ ਪ੍ਰੋਬਲਮ ਬਹੁਤ ਨੇ, ਉਹਦੇ ਵਿੱਚ ਆਪਾਂ ਅਗਲੀ ਖਬਰ ਤੁਸੀਂ ਮੇਰੇ ਤੋਂ ਪੁੱਛੋਗੇ ਉਹਦੇ ਵਿੱਚ ਮੈਂ ਗੱਲ ਕਰੂੰਗਾ ਕਾਂਗਰਸ ਦੀ ਸਮੱਸਿਆ ਦੀ, ਪਰ ਜਦ ਤੁਸੀਂ ਇੱਕ ਬੇਸ ਬਣਾਉਂਦੇ ਕਸ਼ਮੀਰ ਦੇ ਵਿੱਚ ਫਿਰ ਨਵੀਂ ਪਾਰਟੀ ਬਣਾਉਂਦੇ ਫਿਰ ਤਾਂ ਕੋਈ ਸਿੱਟਾ ਮਿਲਦਾ। ਮੈਨੂੰ ਲੱਗਦਾ ਨੀ ਕਿ ਕਸ਼ਮੀਰ ਦੇ ਵਿੱਚ ਗੁਲਾਮ ਨਬੀ ਆਜ਼ਾਦ ਕੋਈ ਆਪਣੇ ਬੂਸਤੇ ਦੇ ਉੱਤੇ ਕੁਛ ਕਰ ਸਕਣਗੇ। ਹਾਂ, ਜੇਕਰ ਉਹਨਾਂ ਨੇ ਬੀਜੇਪੀ ਵਾਲਾ ਕੋਈ ਏਜੰਡਾ ਕਿਤੇ ਨਾ ਕਿਤੇ ਬੀਜੇਪੀ ਨਾਲ ਕੋਈ ਅੰਦਰ ਖਾਤੇ ਰੱਖਣਾ ਸਾਂਝ ਪਿਆਲੀ, ਫਿਰ ਉਹਦੇ ਵਿੱਚ ਮਾੜੀ ਮੋਟੀ ਉਂਝ ਮਦਦ ਹੋ ਸਕਦੀ ਆ ਵੀ ਲੋਕਾਂ ਦੇ ਦਿਲ ਫੇਰ ਨਹੀਂ ਜਿੱਤੇ ਜਾਣੇ। ਫਿਰ ਗੁਲਾਮ ਨਬੀ ਆਜ਼ਾਦੀ ਜਿਹੜੀ ਆਪਣੀ ਇੱਕ ਹਸਤੀ ਆ, ਇੱਕ ਸੈਕੂਲਰ ਬੰਦੇ ਦੀ ਹਸਤੀ ਆ, ਇੱਕ ਸਿਆਣੇ ਸੰਜੀਦਾ ਬੰਦੇ ਦੀ ਹਸਤੀ ਆ, ਫਿਰ ਉਹ ਨਹੀਂ ਰਹਿਣੀ ਹੈਗੀ। ਹੁਣ ਉਹ ਗੁਲਾਮ ਨਬੀ ਲਈ ਸਵਾਲ ਹੈਗਾ ਵੀ ਉਹਨਾਂ ਨੇ ਅੱਗੇ ਚੱਲ ਕੇ ਜਿਹੜੀ ਆਪਣੀ ਪਾਰਟੀ ਬਣਾਉਣਗੇ ਉਹ ਕਿੱਦਾਂ ਦੀ ਬਣਾਉਣੀ ਆ, ਤੇ ਉਹਨਾਂ ਨੇ ਖੁਦ ਕਿਹੜੀ ਰਣਨੀਤੀ ਅਖਤਿਆਰ ਕਰਨੀ ਹੈਗੀ ਆ। ਫਿਲਹਾਲ ਉਹਨਾਂ ਨੇ ਇਹੀ ਆਖਿਆ ਕਿਉਂਕਿ ਜਦੋਂ ਕਸ਼ਮੀਰ ਚ ਪੈਰ ਰੱਖਣੇ ਆ ਤਾਂ ਸਭ ਤੋਂ ਪਹਿਲੀ ਤਰਜੀਹ ਇਹੀ ਹੋਣੀ ਚਾਹੀਦੀ ਆ ਉਹਨਾਂ ਦੀ, ਜਿਹੜੀ ਉਹਨਾਂ ਨੇ ਕਹਿ ਵੀ ਦਿੱਤਾ ਕਿ ਮੈਂ ਆਪਣਾ ਜਿਹੜਾ ਧਾਰਾ 370 ਇਹਨਾਂ ਨੇ ਉਹ ਕੀਤੀ ਹੋਈ ਆ, ਮਨਸੂਖ ਕੀਤੀ ਆ, ਖਤਮ ਕੀਤੀ ਆ, ਉਹਨੂੰ ਬਹਾਲ ਕਰਾਉਣਾ ਮੇਰੀ ਤਰਜੀਹ ਹੋਊਗੀ। ਦੇਖਦੇ ਆ ਅੱਗੇ ਜਾ ਕੇ ਇਹ ਇਸ ਰਣਨੀਤੀ ਤੇ ਚੱਲ ਕੇ ਉਹ ਕਿੰਨੇ ਕੁ ਵਧੀਆ ਆਪਣੀ ਪਾਰਟੀ ਲਈ ਜਿਹੜੀ ਉਹ ਬਣਾਉਣਗੇ, ਕੋਈ ਨਾਂ ਰੱਖਣਗੇ, ਕੋਈ ਉਹਦੇ ਲਈ ਚੰਗੇ ਨਤੀਜੇ ਕੱਢ ਸਕਦੇ ਨੇ ਉਹ। ਜੀ ਬਿਲਕੁਲ, ਜਿਵੇਂ ਚੰਗੇ ਨਤੀਜਿਆਂ ਦੀ ਗੱਲ ਇਹ ਹੈ, ਪਰ ਨਾਲ ਦੀ ਨਾਲ ਗੱਲ ਇਹ ਹੈ ਨਾ ਕਿ ਹੁਣ ਸਟੇਟ ਟੁੱਟ ਚੁੱਕਿਆ ਹੈ। ਸਿੱਧੀ ਗੱਲ ਆਖੀ, ਹੁਣ ਸਟੇਟ ਨੂੰ ਬਹਾਲ ਕਰਾਉਂਦੇ ਨੇ ਕਿਉਂਕਿ ਡੇ ਵਨ ਤੋਂ ਲੱਦਾਖ ਤਾਂ ਉਦੋਂ ਇਹਨੂੰ ਨਾਲ ਜੋੜ ਕੇ ਕੇਂਦਰ ਨੇ ਉਦੋਂ ਰੱਖਿਆ ਸੀਗਾ ਨਾ ਕਿ ਲੱਦਾਖ ਨੂੰ ਨਾਲ ਜੋੜਾਂਗੇ, ਜੰਮੂ ਨੂੰ ਨਾਲ ਜੰਮੂ ਕਸ਼ਮੀਰ ਤਾਂ ਚਲੋ ਇੱਕੋ ਗੱਲ ਸੀ, ਪਰ ਕਸ਼ਮੀਰ ਘਾਟੀ ਦੀ ਗੱਲ ਕਰਦੇ, ਜੰਮੂ ਅੱਡ ਸੀ, ਕਸ਼ਮੀਰ ਅੱਡ ਸੀ, ਸੋ ਇਹਨਾਂ ਨੂੰ ਇਸ ਕਰਕੇ ਜੋੜਿਆ ਗਿਆ ਸੀਗਾ ਕਿ ਚਲੋ ਤਿੰਨ ਜਿਹੜੀਆਂ ਹੈਗੀਆਂ ਇਹ ਆਪਣੇ ਕੀ ਕਹਿੰਦੇ ਆ ਖਿੱਤੇ ਨੇ ਜਿਹੜੇ ਇਸ ਇਲਾਕੇ ਦੇ, ਉਹਨਾਂ ਨੂੰ ਇੱਕ ਸਟੇਟ ਬਣਾ ਦਿਆਂਗੇ ਤਾਂ ਕਿਸੇ ਦਾ ਜਿਵੇਂ ਕਹਿੰਦੇ ਨਾ ਵੀ ਇੱਕ ਬੰਦੇ ਦਾ ਦਬਦਬਾ ਨਾ ਰਹੇ, ਸਾਂਝਾ ਕੰਮ ਕਰ ਦਿਓ। ਸੋ ਉਹ ਚੀਜ਼ ਆ ਕਿ ਹੁਣ ਉਹ ਜਿੰਨੀ ਦੇਰ ਇਕੱਲਾ ਕਸ਼ਮੀਰ ਰਹਿੰਦਾ ਹੈ ਜਾਂ ਜੰਮੂ ਅੱਡ ਰਹਿੰਦਾ ਜਾਂ ਇਹ ਚੀਜ਼ ਰਹਿੰਦਾ, ਇਹ ਵੀ ਇੱਕ ਵੇਖਣ ਵਾਲੀ ਗੱਲ ਹੈ। ਪਰ ਇੱਕ ਚੀਜ਼ ਮੈਨੇ ਇਹ ਵੀ ਕਹਿਣਾ ਕਿ ਜਿਹੜੇ ਕਹਿੰਦੇ ਸੀ ਅਸੀਂ ਜਾ ਕੇ ਉੱਥੇ ਹੋਟਲ ਪਾਵਾਂਗੇ, ਖੇਤ ਲਵਾਂਗੇ, ਉਹਨਾਂ ਦਾ ਕੀ ਬਣਿਆ ਇੱਥੇ? ਫਿਰ ਉਹਨਾਂ ਦਾ ਕੁਛ ਨਹੀਂ ਬਣਿਆ, ਉਹਨਾਂ ਤੋਂ ਵਿਚਾਰਿਆਂ ਤੋਂ ਪਿਆਜ਼ ਨਹੀਂ ਖਰੀਦੇ ਜਾ ਰਹੇ ਸੀਗੇ। ਮਤਲਬ ਜਿਹੜਿਆਂ ਨੇ ਸੁਪਨੇ ਲਏ ਸੀ ਅਸੀਂ ਉੱਥੇ ਜਾ ਕੇ ਮਕਾਨ ਖਰੀਦ ਲਾਂਗੇ, ਉਹਨਾਂ ਲਈ ਉਹ ਤੋਂ ਗੱਠੇ ਖਰੀਦਣੇ ਔਖੇ ਹੋਏ ਹੋਏ ਨੇ, ਤੇ ਜਿਹੜੇ
ਇਹ ਵੀ ਹਰਿਆਣੇ ਦੇ ਮੁੱਖ ਮੰਤਰੀ ਦੇ ਮਗਰ ਲੱਗ ਕੇ ਉੱਥੇ ਉੱਥੇ ਖੂਬਸੂਰਤ ਕੁੜੀ ਨਾਲ ਵਿਆਹ ਕਰਾਉਣ ਦਾ ਸੁਪਨਾ ਦੇਖ ਰਹੇ ਸੀ, ਉਹਨਾਂ ਤੋਂ ਮੈਨੂੰ ਲੱਗਦਾ ਇੱਥੇ ਹੀ ਕੁੜੀ ਨੀ ਮਿਲ ਰਹੀ ਉਹਨਾਂ ਨੂੰ, ਹੈਂ ਉਹ ਤਾਂ ਵਿਚਾਰੇ ਮੁੱਲ ਦੀਆਂ ਲਿਆਉਂਦੇ ਫਿਰਦੇ ਨੇ। ਸੋ ਇਹ ਮਤਲਬ ਨਾ ਫਾਲਤੂ ਦੀ ਬਕਵਾਸ ਸੀਗੀ ਜਿਹੜੀ ਬੀਜੇਪੀ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਸਿਰਜੀ ਸੀ। ਰਿਐਲਿਟੀ ਇਹ ਹੈਗੀ ਹੈ ਵੀ ਤੁਸੀਂ ਤੁਹਾਡੇ ਕੋਲੋਂ ਦੋ ਟਾਈਮ ਦੀ ਰੋਟੀ ਖਾਣੀ ਮੁਹਾਲ ਹੋਈ ਹੋਈ ਹੈ, ਮਹਿੰਗਾਈ ਇੰਨੀ ਹੈ ਇਹਦੇ ਵਿੱਚ, ਚਾਹੇ ਗਰੀਬ ਦਾ ਬੁਰਾ ਹਾਲ ਤਾਂ ਹੋਣਾ ਪਰ ਜਿਹੜੀ ਮਿਡਲ ਕਲਾਸ ਆ ਕਹਿੰਦੀ ਕਹਾਉਂਦੀ ਉਹਦਾ ਵੀ ਬੁਰਾ ਹਾਲ ਹੋ ਰਿਹਾ ਹੈਗਾ। ਸੋ ਕਿਉਂਕਿ ਲੋਕਾਂ ਨੂੰ ਇਹੋ ਜਿਹੇ ਮਸਲਿਆਂ ਤੇ ਲੋਕ ਸਵਾਲ ਨਾ ਪੁੱਛਣ, ਉਹਨਾਂ ਨੂੰ ਇਹੋ ਜਿਹੇ ਫਿਰ ਕਦੇ ਕਸ਼ਮੀਰ ਵਾਲੇ ਮਸਲੇ 'ਚ ਉਲਝਾ ਦਿੰਦੇ ਨੇ ਤੇ ਕਦੇ ਬਾਗ ਦਿਖਾ ਦਿੰਦੇ ਨੇ। ਹੁਣ ਸਿੱਧੀ ਜੀ ਗੱਲ ਆ ਕਿ ਮੈਂ ਖੁਦ ਕਹਿਣਾ ਵੀ ਮੇਰੇ ਵਰਗਾ ਬੰਦਾ ਕਸ਼ਮੀਰ 'ਚ ਜਗ੍ਹਾ ਨਹੀਂ ਲੈ ਸਕਦਾ, ਠੀਕ ਹੈ, ਤੇ ਨਾ ਹੀ ਮੈਂ ਲਵਾਂ, ਕਿਉਂ ਲਵਾਂ, ਕਿਉਂ ਪੈਸਾ ਇੰਨਾ ਤਾਂ ਵਾਧੂ ਹੈ ਨਹੀਂ ਕਿਸੇ ਕੋਲ, ਹੈ ਨਹੀਂ ਗਾ। ਸੋ ਇਸ ਕਰਕੇ ਨਾ ਇਹ ਸਬਜ਼ ਬਾਗ ਨੇ ਇੱਥੇ ਜੇ ਜ਼ਮੀਨਾਂ ਲੈਣੀਆਂ ਅੰਬਾਨੀ ਅਡਾਨੀ ਨਹੀਂ ਲੈਣੀਆਂ ਨੇ, ਤੇ ਉਹਨਾਂ ਖਾਤਰ ਹੀ ਇਹ ਮਾਹੌਲ ਸਿਰਜਿਆ ਗਿਆ ਸੀਗਾ ਵੀ ਜਿਹੜਾ ਕਸ਼ਮੀਰ ਵਿੱਚ ਬੰਦਿਸ਼ਾਂ ਨੇ ਵੀ ਬਾਹਰਲਾ ਬੰਦਾ ਕੋਈ ਖਰੀਦ ਨਾ ਸਕੇ। ਹੁਣ ਮੈਂ ਗਿਆ ਵੀ ਹਾਂ, ਹੁਣ ਜਿਹੜੇ ਤਕੜੇ ਤਕੜੇ ਉਹਨਾਂ ਨੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਵੀ ਕਰ ਦਿੱਤੀਆਂ ਹੈਗੀਆਂ ਨੇ, ਤੇ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇੱਥੇ ਜਿਹੜੇ ਮੋਦੀ ਸਾਹਿਬ ਦੇ ਨੇੜਲੇ ਜਿਹੜੇ ਵੱਡੇ ਬਿਜ਼ਨਸਮੈਨ ਆ ਉਹਨਾਂ ਨੇ ਆਪਣੇ ਪੈਰ ਕਸ਼ਮੀਰ ਦੇ ਵਿੱਚ ਰੱਖ ਲਏ ਨੇ। ਹੋਟਲ ਸਨਅਤ ਆ ਜਿਹੜੀ ਉੱਥੇ ਦੀ ਉਹਦੇ ਵਿੱਚ ਵੀ ਉਹ ਆਪਣਾ ਜਿਹੜੇ ਹੈਗੇ ਅੱਡੀ ਚੋਟੀ ਦਾ ਜ਼ੋਰ ਲਾਉਣ ਲੱਗੇ ਹੋਏ ਨੇ। ਸੋ ਆਹ ਚੀਜ਼ਾਂ ਜਿਹਨਾਂ ਲਈ ਕੰਮ ਕੀਤਾ ਉਹਨਾਂ ਦੇ ਪੈਰ ਲੱਗੇ ਨੇ ਜੀ, ਉਹ ਮਕਾਨ ਵੀ ਖਰੀਦਣਗੇ, ਉੱਥੇ ਹਰ ਤਰ੍ਹਾਂ ਦੀ ਜਿਹੜਾ ਹੈਗਾ ਆਪਣਾ ਕੰਮ ਕਰਨਗੇ ਆਪਣੇ ਵਪਾਰ ਨੂੰ ਵਧਾਉਣ ਲਈ, ਤੇ ਲੋਕਾਂ ਲਈ ਤਾਂ ਐਵੇਂ ਗੱਲਾਂ ਬਾਤਾਂ ਸੀਗੀਆਂ, ਉਹ ਵਿਚਾਰੇ ਆਪਣਾ ਰੋਟੀ ਦਾ ਜੁਗਾੜ ਕਰ ਲੈਣ, ਉਹੀ ਬਹੁਤ ਹੈ ਜੀ। ਤੇ ਹੁਣ ਜਿਹੜੇ ਆਪਾਂ ਗੱਲ ਕਰਦੇ ਸੀਗੇ ਵੀ ਟੁੱਟਦੀ ਕਾਂਗਰਸ ਆਪਣੇ ਆਪ ਨੂੰ ਭਾਰਤ ਜੋੜਨ ਦੀ ਗੱਲ ਕਰਦੀ ਹੈ, ਖੁਦ ਜੋੜ ਨਹੀਂ ਸਕੀ ਕਾਂਗਰਸ ਪਾਰਟੀ ਨੇ ਨਾ, ਇੱਕ ਤਾਂ ਦੋ ਚੀਜ਼ਾਂ, ਇੱਕ ਤਾਂ ਇਹਨਾਂ ਦੀ 17 ਅਕਤੂਬਰ ਨੂੰ ਹੋਣੀ ਹੈ ਪ੍ਰਧਾਨ ਦੀ ਚੋਣ, ਉਹਦੇ ਲਈ ਸਵਾਲ ਹੈ ਕਿ ਕੀ ਇਹ ਜਿਹੜੀ ਇਹਨਾਂ ਨੇ ਇੱਕ ਵੋਟਿੰਗ ਪ੍ਰਣਾਲੀ ਰਾਹੀਂ ਕਰਨੀ ਹੈ। ਕਾਂਗਰਸ ਦੇ ਲੀਡਰ ਇਸ ਵੱਲ ਉਠਾਈ ਜਾ ਰਹੇ ਨੇ ਕਿ ਕੀ ਇਹ ਇਮਾਨਦਾਰੀ ਵਾਲੀ ਵੋਟਿੰਗ ਪ੍ਰਣਾਲੀ ਹੋਊਗੀ ਕਿ ਐਵੇਂ ਮਤਲਬ ਦਿਖਾਵਾ ਹੀ ਹੋਊਗਾ, ਤੇ ਇਹਦੇ ਤੇ ਕਾਂਗਰਸ ਪਾਰਟੀ ਖੁਦ ਕਿੰਨਾ ਕੁ ਮਤਲਬ ਇਮਾਨਦਾਰੀ ਨਾਲ ਪਹਿਰਾ ਦੇ ਸਕਦੀ ਹੈ। ਦੇਖੋ ਜੀ ਆ ਬੰਦਾ ਇਹ ਰਾਹੁਲ ਗਾਂਧੀ ਦਾ ਖਾਸ ਬੰਦਾ, ਇਹਨੂੰ ਪ੍ਰਧਾਨ ਬਣਾਇਆ ਜਾਵੇ, ਇਹ ਤਮਾਮ ਸਵਾਲ ਨੇ। ਦੂਜਾ ਇਹਨਾਂ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੱਲ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਉਹ ਕੀਤਾ ਹੈਗਾ, ਉਹ ਹੱਲਾ ਕੀਤਾ, ਉਹਦੇ ਵਿੱਚ ਰਾਹੁਲ ਗਾਂਧੀ ਨੇ ਤਕੜੇ ਹਮਲੇ ਵੀ ਕੀਤੇ ਆ। ਮੈਨੂੰ ਇਹਦੇ ਵਿੱਚ ਹੁਣ ਬਹੁਤ ਸਾਰੇ ਬੁੱਧੀਜੀਵੀ ਟਾਈਪ ਦੇ ਲੋਕ ਵੀ ਜੁੜਨਗੇ ਜਿਹੜੇ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹੈਗੇ, ਪਰ ਉਹਨਾਂ ਦਾ ਕਹਿਣਾ ਵੀ ਦੇਸ਼ ਵਿੱਚ ਮਜ਼ਬੂਤ ਵਿਰੋਧੀ ਧਿਰ ਨੂੰ ਤਕੜਾ ਕਰਨ ਲਈ ਜਿਹੜੀ ਇਹ ਭਾਰਤ ਜੋੜੋ ਯਾਤਰਾ, ਇਹਦੇ ਵਿੱਚ ਅਸੀਂ ਜੁੜਾਂਗੇ। ਕੁਝ ਐਕਟਿਵਿਸਟ ਲੋਕਾਂ ਨੇ ਵੀ ਹਾਂ ਕੀਤੀ ਆ, ਜੋਗਿੰਦਰ ਯਾਦਵ ਵੀ ਇਹਦੇ ਵਿੱਚ ਜੁੜੂਗਾ, ਤਾਂ ਹੀ ਉਹਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਜਾਂ ਉਹਨੇ ਆਪਣੀ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਛੱਡ ਦਿੱਤੀ ਆਪਣੀ ਜਿਹੜੀ ਹੈਗੀ ਆ ਹਿੱਸੇਦਾਰੀ। ਸੋ ਇਹ ਹੁਣ ਅੱਗੇ ਜਾ ਕੇ ਦੇਖਣਾ ਹੋਏਗਾ ਵੀ ਇਹ ਇੰਨਾ ਕੁਛ ਜੋੜ ਕੇ ਕਿ ਕਾਂਗਰਸ ਪਾਰਟੀ ਕੁਛ ਖੱਟੂ ਕਿ ਨਹੀਂ ਖੱਟੂ, ਕਿਉਂਕਿ ਕਾਂਗਰਸ ਪਾਰਟੀ ਦੇ ਹਮੇਸ਼ਾ ਹੀ ਜਿਹੜਾ ਬਚਾਅ ਦੇ ਮੂਡ ਸੀ, ਇੱਕ ਤਾਂ ਇੱਕ ਬੀਜੇਪੀ ਦਾ ਜਿਹੜਾ ਮੁਕਾਬਲਾ ਕਿਵੇਂ ਕਰਨਾ ਇਹਦੇ ਲਈ ਜਿਹੜੀ ਇੱਕ ਯੋਜਨਾਬੰਦੀ ਹੈ, ਫੈਸਲੇਬਾਜ਼ੀ ਉਹਦੇ ਲਈ ਗੰਭੀਰ ਨਹੀਂ। ਕਾਂਗਰਸ ਕਦੇ ਗਰਾਊਂਡ ਦੇ ਉੱਤੇ ਜੁੜੀ ਨਹੀਂ ਰਹੀ, ਹਮੇਸ਼ਾ ਉਹ ਚਾਹੁੰਦੀ ਆ ਵੀ ਦਿੱਲੀ ਵਿੱਚ ਜਿਹੜੇ ਉਹਨਾਂ ਦੇ ਵੱਡੇ ਆਗੂਆਂ ਦੇ ਘਰਾਂ ਦੇ ਵਿੱਚੋਂ ਹੀ ਸਿਆਸਤ ਚੱਲੂਗੀ, ਤੇ ਉਹੀ ਜਿਹੜਾ ਇੱਕਦਮ ਪ੍ਰਵਚਨ ਲਾਗੂ ਹੋ ਜਾਊਗਾ। ਆਏ ਨੀ ਸਿਆਸਤ ਜੁੜਦੀ ਹੁੰਦੀ, ਆਏ ਨੀ ਸਿਆਸਤ ਅੱਗੇ ਵੱਧਦੀ ਹੁੰਦੀ, ਸਿਆਸਤ ਨੂੰ ਵਧਾਉਣ ਲਈ ਅੱਗੇ ਜ਼ਮੀਨ ਤੇ ਜਾਣਾ ਪੈਂਦਾ, ਜ਼ਮੀਨ ਤੇ ਲੋਕਾਂ ਨੂੰ ਸੰਪਰਕ ਕਰਨਾ ਪੈਂਦਾ ਹੈਗਾ। ਸੋ ਇਹ ਇੱਕ ਇਹਨਾਂ ਨੇ ਦੱਸਿਆ ਕਿ ਵੀ ਯਾਤਰਾ ਹੋਇਆ ਕਰੂਗੀ ਡੇਲੀ, ਭਾਰਤ ਜੋੜੋ ਯਾਤਰਾ ਇਹਨਾਂ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸ਼ੁਰੂ ਕਰਨੀ ਹੈ ਡੇਲੀ, 15 ਕਿਲੋਮੀਟਰ 15 ਤੋਂ 20 ਕਿਲੋਮੀਟਰ ਇਹ ਪੈਦਲ ਤੁਰਿਆ ਕਰਨਗੇ, ਫਿਰ ਇਹਨਾਂ ਦੇ ਰਿਹਾਇਸ਼ ਦਾ ਇੰਤਜ਼ਾਮ ਵੀ ਰੱਖਿਆ। ਅੱਛਾ, ਇਹ ਡੇਲੀ ਕਿੰਨੇ ਦਿਨ ਤੋਰਨਗੇ ਇਹ ਜਥੇ? ਫਿਰ ਜੇ ਦਿੱਲੀ ਚੱਲੂਗੀ ਤਾਂ ਫਿਰ ਲਗਾਤਾਰ ਹੀ ਚੱਲਦੇ ਰਹਿਣਗੇ, ਇਹ ਕਿਵੇਂ ਹੋਊਗਾ? ਇਹਦੇ ਵਿੱਚ ਆਏ ਹੋ ਨਾ, ਇਹਨਾਂ ਨੇ ਰੱਖਿਆ ਵੀ ਕਸ਼ਮੀਰ ਤੋਂ ਸ਼ੁਰੂ ਕਰ ਲੈਣੀ ਹੈਗੀ ਆ, 15-20 ਕਿਲੋਮੀਟਰ ਤੋਰਿਆ ਕਰਨਗੇ, ਫਿਰ ਕੁਛ ਨੀ, ਵੱਡੇ ਲੀਡਰ ਤਾਂ ਹੈਲੀਕਾਪਟਰ ਰਾਹੀਂ ਦੁਬਾਰੇ ਦਿੱਲੀ ਪਹੁੰਚਿਆ ਕਰਨਗੇ, 20 ਕਿਲੋਮੀਟਰ ਤੋਰ ਕੇ ਫਿਰ ਛਾਲੇ ਪਾਉਣ ਨੂੰ ਮੇਰੇ ਤੁਹਾਡੇ ਵਰਗੇ ਹੋਇਆ ਕਰਨੇ। ਫਿਰ ਕੁਛ ਬੰਦੇ ਇਹਨਾਂ ਨੇ ਲਿਆ ਕਰਨੇ ਆ, ਉਹਨੂੰ ਰੱਖਿਆ ਹੋਇਆ, ਇਹਨਾਂ ਨੇ ਨਾਂ ਰੱਖਿਆ ਹੋਇਆ ਵੀ ਇਹ ਹੈਗੇ ਨੇ ਸਾਡੇ ਸਹਿਯੋਗੀ ਮਹਿਮਾਨ ਹੋਇਆ ਕਰਨਗੇ, ਜਿਹੜੇ ਕਿ ਮੰਨ ਲਓ ਕਿ ਯਾਤਰਾ ਤੁਰ ਕੇ ਮੋਹਾਲੀ ਪਹੁੰਚ ਗਈ, ਮੋਹਾਲੀ ਉਹਦੇ ਵਿੱਚ ਸ਼ਿਵਿੰਦਰ ਸਿੰਘ ਰਲ ਗਿਆ, ਤੇ ਜਿੰਨਾ ਤੱਕ ਮੋਹਾਲੀ ਖਤਮ ਨਹੀਂ ਹੁੰਦਾ ਮੈਂ ਉੱਥੇ ਕਿਤੇ ਤੱਕ ਤੁਰ ਕੇ ਚਲਾ ਗਿਆ, ਜਾਂ ਚਲੋ ਜੀ ਮੈਂ ਆਪਦੇ ਘਰੇ ਚਲਾ ਗਿਆ, ਜਾਂ ਬਠਿੰਡੇ ਪਹੁੰਚ ਗਈ ਉੱਥੇ ਦਾਨਿਆਂ ਵਾਲੇ ਸਭ ਰਲ ਗਏ, ਦਾਨਿਆਂ ਵਾਲੇ ਸਾਹਿਬ ਜਿਹੜਾ ਫਿਰ ਘਰੇ ਚਲੇ ਗਏ ਤੁਰੰਤ ਬਾਅਦ। ਉਹ ਇਹੋ ਜਿਹੇ ਹੋਇਆ ਕਰਨਗੇ, ਕੁਛ ਇਹਨਾਂ ਨੇ ਰੱਖੀ ਹੋਈ ਕੈਟਾਗਰੀ ਵੀ ਰਾਜ ਪੱਧਰ ਦੇ ਮਹਿਮਾਨ ਜਿਹੜੇ ਜਿਹਦੇ ਵਿੱਚ ਇਹਨਾਂ ਦੇ ਵਲੰਟੀਅਰਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਆ, ਤੇ ਕੁਛ ਬੰਦੇ ਰਾਹੁਲ ਗਾਂਧੀ ਸਮੇਤ ਕੁਝ ਇੱਦਾਂ ਦੇ ਵੱਡੇ ਲੀਡਰ ਨੇ ਜਿਹੜੇ ਪੂਰੇ ਮੁਲਕ ਵਿੱਚ ਕਹਿੰਦੇ ਅਸੀਂ ਤੁਰਾਂਗੇ,
ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਇਹ ਵੈਸੇ ਇੱਕ ਵੱਡੀ ਚੀਜ਼ ਹੈ, ਪਰ ਜੇ ਵੱਡੀ ਚੀਜ਼ ਨੂੰ ਜਿਹੜਾ ਹੈਗਾ ਵੱਡੇ ਦਿਲ ਨਾਲ ਕੀਤਾ ਜਾਵੇ ਤੇ ਇਹ ਆਏ ਨਹੀਂ ਹੁੰਦਾ ਜਿਵੇਂ ਲੋਕ ਸੋਚਦੇ ਨੇ ਵੀ ਇਹਦਾ ਮਤਲਬ ਕਿੰਨੇ ਦਿਨ ਲੱਗ ਜਾਣਗੇ, ਇਹਨਾਂ ਨੂੰ ਦਿਨ ਦਿਨ ਨਹੀਂ ਕੋਈ ਵਾਜੀ ਲੱਗਦੇ, ਇਹਨਾਂ ਨੇ ਦਿਹਾੜੀ ਦੇ ਵਿੱਚ 20 ਕਿਲੋਮੀਟਰ ਤੁਰਿਆ ਕਰਨਾ ਹੈਗਾ, ਫਿਰ ਇਹਨਾਂ ਦਾ ਕਈ ਥਾਵਾਂ ਤੇ ਰਹਿਣ ਲਈ ਕੰਟੇਨਰ ਵਗੈਰਾ ਬਣਾਏ ਹੋਏ ਨੇ, ਉਹ ਵੀ ਐਨ ਪੂਰੇ ਜਿਹੜੇ ਬਣਾਏ ਹੋਏ ਨੇ ਨਾ ਐਨ ਪੂਰਾ ਉਹਨੂੰ ਹੋਟਲ ਟਾਈਪ ਬਣਾਏ ਹੋਏ ਨੇ ਵਧੀਆ, ਉੱਥੇ ਇਹਨਾਂ ਦਾ ਪੂਰਾ ਬੰਦੋਬਸਤ ਹੋਇਆ ਕਰੂਗਾ, ਕੋਈ ਪੂਰੀ VIP ਸਹੂਲਤ ਹੋਇਆ ਕਰੂਗੀ, ਉਹਦੇ ਵਿੱਚ ਰਿਹਾ ਕਰਨਗੇ। ਸੋ ਇਸ ਢੰਗ ਨਾਲ ਇਹਨਾਂ ਨੇ ਆਪਣੀ ਇਹ ਭਾਰਤ ਜੋੜੋ ਯਾਤਰਾ ਸ਼ੁਰੂ ਕਰਨੀ ਹੈ ਤੇ ਭਾਰਤ ਨੂੰ ਦੂਜੇ ਪਾਸੇ BJP ਦੋਸ਼ ਲਾਈ ਹੈ ਕਿ ਲਾ ਰਹੀ ਹੈ ਕਿ ਭਾਰਤ ਜੋੜੋ ਨਹੀਂ ਕਾਂਗਰਸ ਜੋੜੋ ਯਾਤਰਾ ਜਾਂ ਕਾਂਗਰਸ ਬਚਾਓ ਯਾਤਰਾ ਕਰ ਰਹੇ ਨੇ। ਹੁਣ ਇਹ ਤਾਂ ਇਹਨਾਂ ਦੀ ਯਾਤਰਾ ਜਦੋਂ ਸ਼ੁਰੂ ਹੋਊਗੀ ਤੇ ਖਤਮ ਹੋਊਗੀ, ਉਦੋਂ ਬਾਅਦ ਪਤਾ ਲੱਗੂ ਵੀ ਇਹ ਭਾਰਤ ਜੋੜੋ ਸੀ ਜਾਂ ਕਾਂਗਰਸ ਜੋੜੋ ਸੀ। ਤੇ ਹੋਰ ਕੁਝ ਖਾਸ ਜੀ ਇਹ ਤੋਂ ਬਿਨਾਂ ਜੋ ਕੁਛ ਚੀਜ਼ਾਂ ਥੋੜਾ ਮੋਟਾ ਧਿਆਨ ਮੰਗਦੀ ਆ ਉਹਦੇ ਉੱਤੇ ਮੈਂ ਤੁਹਾਡੇ ਨਾਲ ਜਾਂਦਾ ਜਾਂਦਾ ਇੱਕ ਉੜਦੀ ਨਿਗਾਹ ਦੇ ਵਿੱਚ ਝਾਕ ਪਾ ਦਿੰਦਾ ਹੈਗਾ। ਇੱਕ ਤਾਂ ਗੋਦਰੇਜ ਦੇ ਬਿਆਨ ਤੋਂ ਬਾਅਦ ਹੁਣ ਸਾਬਕਾ CJI ਦਾ ਬਿਆਨ ਕਿ ਅਦਾਲਤਾਂ ਜਿਹੜਾ ਹੈਗਾ ਨਿਰਪੱਖ ਅਦਾਲਤਾਂ ਨੂੰ ਨਿਰਪੱਖ ਹੋਣਾ ਚਾਹੀਦਾ, ਕੁਝ ਸਥਿਤੀਆਂ ਵਿੱਚ ਜਿਹੜਾ ਹੈਗਾ ਤੁਹਾਨੂੰ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾਉਣੀ ਚਾਹੀਦੀ ਹੈਗੀ ਹੈ। ਇਹ ਆਪਣੇ ਆਪ 'ਚ ਕਾਫੀ ਅਹਿਮ ਰਮੰਨਾ ਜਿਹੜੇ ਸਾਡੇ ਸਾਬਕਾ ਚੀਫ ਜਸਟਿਸ ਸੀਗੇ, ਹੁਣੀ ਹਾਲੇ ਕੁਛ ਦਿਨ ਪਹਿਲੇ ਰਿਟਾਇਰ ਹੋਏ ਆ, ਉਹਨਾਂ ਦਾ ਬਿਆਨ ਆ। ਆਪਣੇ ਅਹੁਦੇ ਤੇ ਰਹਿੰਦੇ ਹੋਏ ਵੀ ਉਹ ਕਈ ਮਹੱਤਵਪੂਰਨ ਬਿਆਨ ਦਿੰਦੇ ਰਹੇ ਨੇ, ਖਿੱਚ ਭਰਪੂਰ ਬਿਆਨ ਦਿੰਦੇ ਰਹੇ ਨੇ ਕਿ ਮੌਜੂਦਾ ਜਿਹੜੇ ਚੀਫ ਜਸਟਿਸ ਵੀ ਇਸੇ ਲਈ ਤੇ ਚੱਲਣਗੇ, ਇਹ ਹੁਣ ਉਹਨਾਂ ਲਈ ਸਵਾਲ ਹੋਏਗਾ। ਤੇ ਗੋਰਖਪੁਰ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਮੁਸਲਮਾਨਾਂ ਦੇ ਨਾਂ ਨਾਲ ਵਾਲੇ ਜਿੰਨੇ ਵੀ ਬੋਰਡ ਹੈ ਉਹ ਬਦਲਣ ਦੇ ਆਦੇਸ਼ ਦਿੱਤੇ ਗਏ ਹੈਗੇ ਯੋਗੀ ਸਰਕਾਰ ਵੱਲੋਂ, ਯੋਗੀ ਸਰਕਾਰ ਨੂੰ ਹੋਰ ਕੋਈ ਕੰਮ ਨਹੀਂ ਹੈਗਾ। ਤੇ ਹੇਮੰਤ ਸਰਕਾਰ ਨੇ ਜਿਹੜਾ ਵਿਸ਼ਵਾਸ ਮਤ ਜਿੱਤ ਲਿਆ, ਕਿਉਂਕਿ ਝਾਰਖੰਡ ਦੀ ਸਰਕਾਰ ਹੈ ਇਹਦੇ ਤਲਵਾਰ ਲਟਕ ਰਹੀ ਸੀਗੀ ਤੇ ਉਹਨਾਂ ਨੇ ਵਿਸ਼ਵਾਸ ਮਤ ਜਿੱਤ ਲਿਆ, ਜਿੱਤਣ ਲਈ ਕਾਫੀ ਸਾਰੇ ਜਿਹੜੇ ਹੈਗੇ ਆਪਣੇ MLA ਨੂੰ ਹੋਟਲਾਂ 'ਚ ਰੱਖਿਆ, ਪੂਰਾ ਪ੍ਰਬੰਧ ਕੀਤਾ, ਦੂਜੇ ਸੂਬਿਆਂ 'ਚ ਲੈ ਕੇ ਗਏ, ਫਿਲਹਾਲ ਕੋਈ ਗੱਲ ਨਹੀਂ ਉਹ ਜਿਹੜਾ ਜਿੱਤ ਲਿਆ। ਇਹਦੇ ਨਾਲ ਹੀ ਲਗਭਗ ਮੁਸਲਮਾਨਾਂ ਦੇ ਉੱਤੇ ਹਮਲੇ ਦੀ ਖਬਰ ਗੁਜਰਾਤ ਦੇ ਵਿੱਚੋਂ ਵੀ ਆ ਰਹੀ ਹੈਗੀ ਆ, ਉੱਤਰਾਖੰਡ ਦੇ ਵਿੱਚ ਵੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਪੜੋਸੀਆਂ ਦੁਆਰਾ ਇੱਕ ਮੁਸਲਮਾਨ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ, ਕੇਸ ਦਰਜ ਕਰ ਲਿਆ ਗਿਆ। ਸੋ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ, ਉਹੀ ਖਬਰਾਂ ਨੇ ਜਿੱਦਾਂ ਦਾ ਮਾਹੌਲ ਦੇ ਵਿੱਚ ਮੁਲਕ ਦੇ ਵਿੱਚ ਫਿਜ਼ਾ ਮੁਲਕ ਦੀ ਖਰਾਬ ਕੀਤੀ ਗਈ ਹੈ ਨਾ ਜ਼ਹਿਰ ਘੋਲ ਕੇ, ਉਹ ਫਿਰ ਜਿਹੜੀ ਘੁਲੀ ਹੋਈ ਜ਼ਹਿਰ ਆ ਆਪਣੇ ਕੋਲ ਖਬਰਾਂ ਦੇ ਰੂਪ 'ਚ ਆ ਰਹੀ ਹੈ। ਜੀ ਇੱਕ ਅਪਡੇਟ ਦੇ ਦਈਏ ਜੀ ਤੁਹਾਨੂੰ, ਬਰਨਾਲਾ ਜ਼ਿਲ੍ਹੇ ਦੇ ਤੁਹਾਨੂੰ ਯਾਦ ਹੋਣਾ ਜੀ ਇੱਕ ਮੁੰਡੇ ਨੇ ਸੁਸਾਈਡ ਕਰ ਲਈ ਸੀ, ਉਹਦੀ ਸਟੂਡੈਂਟ ਘਰ ਵਾਲੀ ਜਿਹੜੀ ਹੈ ਬੇਅੰਤ ਕੌਰ ਉਹਦੇ ਕਰਕੇ, ਉਹਦੀ ਮਦਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ 420 ਦੇ ਮਾਮਲੇ ਦੇ ਵਿੱਚ। ਜੀ ਜੀ ਨਵੀਂ ਡਿਵੈਲਪਮੈਂਟ ਹੈਗੀ ਆ, ਅੱਗੇ ਜਾ ਕੇ ਦੇਖਦੇ ਹਾਂ ਕੱਲ ਤੱਕ ਕਿਸ ਰੂਪ 'ਚ ਖਬਰ ਹੋਰ ਸਾਹਮਣੇ ਆਉਂਦੀ ਆਪਣੇ ਕੋਲ। ਜੀ ਸੋ ਇੱਕ ਬ੍ਰੇਕ ਲੈਂਦੇ ਜੀ, ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ।